ਮੇਰੇ ਰੰਗ ਤੇ ਬਹੁਤ ਜਣੇ ਬੋਲਦੇ ਆ ਕਾਲੀ ਜੀ ਆ ਐਵੇਂ ਉਵੇਂ ਬਹੁਤ ਮਤਲਬ ਕਿ ਗਲਤ ਬੋਲਦੇ ਆ ਵੀਡੀਓ ਦੇਖਦੀ ਦੇਖਦੀ ਨਾ ਮੈਨੂੰ ਕਮੈਂਟ ਆਇਆ ਕਿ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਇਹ ਕੀ ਕੰਜਰ ਖਾਣਾ ਪਿਆ ਮੇਰਾ ਦਿਲ ਕਰਦਾ ਸੀ ਗਾਲਾਂ ਕੱਢਾਂ ਬਟ ਵੀਰੇ ਨੇ ਨਾ ਮੈਨੂੰ ਸ਼ਾਇਰੀ ਦਿੱਤੀ ਕਿ ਤੂੰ ਕੀ ਲੈਣਾ ਕਿਸੇ ਦੀ ਧੀ ਭੈਣ ਤੋਂ ਮੈਂ ਪੜ੍ਹਦੀ ਹਾਂ ਜਾਂ ਨਹੀਂ ਪੜ੍ਹਦੀ ਚੱਲ ਤੇਰੇ ਲਈ ਤਾਂ ਪੜ੍ਹਦੀ ਆ ਬਾਕੀ ਜਿਹੜੀ ਤੂੰ ਸੋਚ ਲਈ ਫਿਰਦਾ ਨਾ ਐਸਾ ਕੋਈ ਕੰਮ ਨਹੀਂ ਹੈਗਾ ਮੇਰੇ ਰੂਲ 'ਚ ਉਹ ਗੱਲ ਵੱਖਰੀ ਆ ਤੇਰੇ ਲਫ਼ਜ਼ਾਂ ਵਿੱਚ ਕਿ ਮੈਂ ਕੰਜਰ ਖਾਨਾ ਫੋਨ 'ਤੇ ਕਰਦੀ ਤਾਂ ਤੇਰੇ ਲਈ ਸਕੂਲ 'ਚ ਫੇਮਸ ਹੋ ਚੁੱਕੀ ਸੀ ਹੈ ਨਾ ਉਹ ਜਿੱਥੇ ਵੀ ਜਾਂਦੀ ਸੀ ਸਾਰਿਆਂ ਨੂੰ ਮਿਲਦੇ ਸੀ ਕਿ ਤੁਸੀਂ ਇੰਸਟਾਗ੍ਰਾਮ 'ਤੇ ਹੋ ਟਿਕਟੋਕ 'ਤੇ ਹੋ ਵਧੀਆ ਲੱਗਦਾ ਸੀ ਕੋਈ ਮਿਲਦਾ ਸੀ ਉਹਨਾਂ ਨੂੰ ਤੇ ਮੈਨੂੰ ਵੀ ਚਾਅ ਹੁੰਦਾ ਸੀ ਕਿ ਮੈਨੂੰ ਵੀ ਕੋਈ ਮਿਲੇ ਆਣ ਕੇ ਮੰਮਾ ਘਰ ਦਾ ਕੰਮ ਕਰਦੇ ਲੋਕਾਂ ਦੇ ਅੱਛਾ ਹਾਂਜੀ ਤੇ ਕਈ ਵੇਲੇ ਤਾਂ ਮੈਂ ਵੀ ਕਰਾਉਂਦੀ ਹੁੰਦੀ ਜਾ ਕੇ ਮੈਂ ਕੰਮ ਕਰਨ ਲੱਗ ਗਈ ਸੀਗੀ ਮੰਮਾ ਦੇ ਨਾਲ ਹਜੇ ਵੀ ਅੱਜ ਵੀ ਹੋ ਕੇ ਆਈ ਸੀ ਮੈਂ ਮੰਮਾ ਨੂੰ ਪਤਾ ਸੀ ਮੈਂ ਠੀਕ ਨਹੀਂ ਹਾਂ ਮੰਮਾ ਕਹਿੰਦੇ ਆ ਜਾ ਠੀਕ ਹੋ ਜਾਏਗੀ ਮੈਨੂੰ ਕਹਿੰਦੇ ਕਮੈਂਟ ਦੇ ਵਿੱਚ ਤੂੰ ਪੜ੍ਹ ਲੈ ਤੇਰੀ ਪੜ੍ਹਨ ਦੀ ਉਮਰ ਆ ਅੱਛਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਕਿ ਮੈਂ ਪੜ੍ਹਦੀ ਹਾਂ ਤੁਹਾਡੇ ਕਹਿੰਦੇ ਤਾਂ ਮੈਂ ਪੜ੍ਹਾਈ ਛੱਡੀ ਨਹੀਂ ਆ ਦਾਮਨੀ ਵੀ ਕਾਫੀ ਫੇਮਸ ਹੈ ਹਾਂਜੀ ਬਹੁਤ ਲੋਕ ਜਾਣਦੇ ਨੇ ਮਤਲਬ ਜਿੱਥੇ ਵੀ ਚਲ ਜਾਓ ਨਾ ਉੱਥੇ ਕੋਈ ਨਾ ਕੋਈ ਪਛਾਣ ਲੈਂਦਾ ਕਿ ਹਾਂ ਤੁਸੀਂ ਇੰਸਟਾਗ੍ਰਾਮ 'ਤੇ ਫੇਮਸ ਹੋ ਨਾ ਤੁਸੀਂ ਵੀਡੀਓ ਬਣਾਉਂਦੇ ਤੁਹਾਡੀ ਵੀਡੀਓ ਦੇਖਦੇ ਹੁੰਦੇ ਆ ਮਤਲਬ ਕਿ ਕਿਸੇ ਦੀ ਬੁਰਾਈ ਕਰਕੇ ਨਹੀਂ ਮੈਂ ਅੱਗੇ ਆਉਂਦੀ ਤਾਰੀਫ਼ ਕਰਕੇ ਅੱਗੇ ਜਾਣਾ ਸਭ ਤੋਂ ਵਧੀਆ ਸਾਰੇ ਮੇਰੇ ਭੈਣ ਭਰਾ ਸਾਰੇ ਗੋਰੇ ਮੰਮੀ ਡੈਡੀ ਸਾਰੇ ਗੋਰੇ ਮੈਂ ਕਾ ਤੂੰ ਗਾਣੀਆਂ ਅੱਛਾ ਤੇ ਮੰਮਾ ਕਹਿੰਦੀ ਤੂੰ ਆਪਣੀ ਮਾਸੀ 'ਤੇ ਗਈ ਆ ਜਦੋਂ ਮੈਂ ਵੀਡੀਓ ਦੇਖਦੀ ਸੀਗੀ ਤੇ ਫਿਰ ਮੇਰਾ ਦਿਲ ਕਰਦਾ ਸੀ ਯਾਰ ਮੈਂ ਵੀਡੀਓ ਕਦੋਂ ਬਣਾਉਣੀ ਛੱਡਤੀ ਆ ਇੰਨਾ ਕਰਕੇ ਮੈਂ ਕਦੋਂ ਛੱਡੀ ਜਾਂਦੀ ਉਹਨਾਂ ਨੂੰ ਛੱਡਣੀਆਂ ਪੈਣੀਆਂ ਦੇਖੀ ਇੱਕ ਦਿਨ ਟਾਈਮ ਲੈ ਕੇ ਆਉਂਗੀ ਜਿਹੜੇ ਮੈਨੂੰ ਜਾਣਦੇ ਆ ਉਹ ਫਿਰ ਪਾਪਾ ਨੂੰ ਵੀ ਬੁਲਾਉਂਦੇ ਹਨਾ ਤੇ ਡੈਡੀ ਨੂੰ ਵੀ ਫੀਲ ਹੁੰਦਾ ਕਿ ਹਾਂ ਕੋਈ ਮਤਲਬ ਕਿ ਅਣਜਾਣ ਆਣ ਕੇ ਬੁਲਾ ਰਿਹਾ ਵਾ ਕੋਈ ਤਾਂ ਗੱਲ ਹੈ ਮੇਰੀ ਕੁੜੀ 'ਚ ਅਸੀਂ ਕੁਛ ਵੀ ਲੁਕੋ ਨਹੀਂ ਰੱਖਿਆ ਸੋਸ਼ਲ ਮੀਡੀਆ 'ਤੇ ਹਨਾ ਜੋ ਚੀਜ਼ ਆ ਸਾਰੀ ਸ਼ੇਅਰ ਕੀਤੀ ਹੋਈ ਆ ਅਤੇ ਮੇਰੇ ਮੰਮਾ ਦੇ ਕੰਮ ਵਾਲੇ ਵੀ ਦੇਖਦੇ ਹੁੰਦੇ ਵੀਡੀਓ ਅਤੇ ਮਤਲਬ ਮੰਮਾ ਦੇ ਨਾਲ ਜਾਂਦੇ ਹੋ ਘਰਾਂ ਦਾ ਕੰਮ ਕਰਨ ਉੱਥੇ ਕੀ ਕੰਮ ਕਰਦੇ ਹੋ ਝਾੜੂ ਪੋਚਾ ਅੱਛਾ ਝਾੜੂ ਪੋਚਾ ਕਰਦੇ ਹੋ ਹੁਣ ਵੀ ਕਰਕੇ ਆਏ ਸੀ ਇੰਟਰਵਿਊ ਤੋਂ ਪਹਿਲਾਂ ਹਾਂਜੀ ਤੇ ਮੇਰਾ ਵੀ ਦਿਲ ਕਰਦਾ ਕਿ ਹਾਏ ਆ ਦੋਵੇਂ ਜਣੇ ਕੰਮ ਕਰਦੇ ਆ ਹੁਣ ਤਾਂ ਵੱਡੀ ਮੈਂ ਹੀ ਆ ਮੇਰਾ ਭਰਾ ਛੋਟਾ ਪੁਰਾਣੇ ਥੋੜਾ ਕੰਮ ਤੇ ਜਾਣਾ ਤੇ ਮੇਰਾ ਦਿਲ ਕਰਦਾ ਕਿ ਮੈਂ ਖੁਦ ਕੰਮ ਕਰਾਂ ਉਹਨਾਂ ਨੂੰ ਵਧੀਆ ਲਾਈਫ ਦਵਾਂ ਜਾਂ ਤਾਂ ਮੈਂ ਬੋਲਦੀ ਰਹਿੰਦੀ ਹਾਂ ਜਾਂ ਤਾਂ ਮੈਂ ਰੋਣ ਲੱਗ ਜਾਂਦੀ ਹਾਂ ਹਾਂ ਮੰਮਾ ਨੂੰ ਕਹਿੰਦੀ ਨਹੀਂ ਮੈਂ ਕਿ ਮੰਮਾ ਦੇਖੋ ਮੈਂ ਅੰਦਰ ਅੰਦਰ ਸਾਰੀ ਸਫਾਈ ਕਰੂੰਗੀ ਬਾਹਰੋਂ ਦੀ ਨਹੀਂ ਕਰੂੰਗੀ ਮਤਲਬ ਕਿ ਜਦੋਂ ਫੋਟੋ ਖਿਚਾਉਂਦੇ ਸੀ ਨਾ ਮੇਰੇ ਨਾਲ ਤੇ ਮੰਮਾ ਮੇਰੇ ਨਾਲ ਹੀ ਸੀ ਮੰਮਾ ਕਹਿੰਦੇ ਅੱਜ ਆਪਣੀ ਰੋਟੀ ਪਾ ਕੇ ਦੇ ਦਿੰਦੇ ਤੂੰ ਖਾ ਲਾ ਤੇ ਮੈਂ ਖੜੀ ਵੀ ਸੀਗੀ ਤੇ ਉਹਨਾਂ ਨੇ ਮੇਰੇ ਨਾਲ ਫੋਟੋ ਖਿਚਾਈ ਤੇ ਮੰਮੀ ਮੇਰੇ ਨਾਲ ਖੜ ਗਈ ਤੇ ਉਹ ਕਹਿੰਦੇ ਸੋਹਣੀਆ ਤੇ ਤੁਸੀਂ ਇੱਥੇ ਕੀ ਕਰਦੇ ਤੇ ਮੰਮੀ ਕਹਿੰਦੀ ਮੇਰੀ ਕੁੜੀ ਆ ਉਹ ਸੋ ਆਮ ਮੀਡੀਆ 'ਤੇ ਇੱਕ ਖਾਸ ਤੌਰ 'ਤੇ ਤੁਹਾਨੂੰ ਇੰਟਰਵਿਊ ਦਿਖਾਇਆ ਗਿਆ ਸੀ ਮਿਸਟਰ ਮਿਸਿਸ ਕਲਿਆਣ ਦਾ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ਬਹੁਤ ਸਾਰੇ ਸਵਾਲ ਵੀ ਉਹਨਾਂ ਨੂੰ ਲੈ ਕੇ ਪੁੱਛੇ ਗਏ ਸੀ ਅਤੇ ਅੱਜ ਮਿਸਟਰ ਮਿਸਿਸ ਕਲਿਆਣ ਦੀ ਸਿਸਟਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਹ ਵੀ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਨੇ ਅਸੀਂ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਪੂਰਾ ਦਾ ਪੂਰਾ ਟੱਬਰ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਵਾ ਦਾਮਿਨੀ ਸਾਡੇ ਨਾਲ ਮੌਜੂਦ ਹੈ ਕਾਫੀ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੁੰਦੀਆਂ ਨੇ ਅਤੇ ਦਰਸ਼ਕ ਕਾਫੀ ਪਸੰਦ ਕਰਦੇ ਨੇ ਅਤੇ ਬਹੁਤ ਸਾਰੇ ਇਹਨਾਂ ਨੂੰ ਲੈ ਕੇ ਸਵਾਲ ਵੀ ਆਉਂਦੇ ਨੇ ਅਤੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਅੱਜ ਆਵਾਮ ਮੀਡੀਆ ਦੀ ਟੀਮ ਪਹੁੰਚ ਚੁੱਕੀ ਹੈ ਉਹਨਾਂ ਦੇ ਕੋਲ ਪਹਿਲਾਂ ਤਾਂ ਨਿੱਘਾ ਸਵਾਗਤ ਤੁਹਾਡਾ ਥੈਂਕ ਯੂ ਜੀ ਜੀ ਅੱਛਾ ਤੁਹਾਡੇ ਹੋਰ ਸਿਸਟਰ ਅਤੇ ਤੁਹਾਡੇ ਜੀਜੂ ਵੀ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਹੈ ਮਿਸਟਰ ਮਿਸਿਸ ਕਲਿਆਣ ਅਤੇ ਤੁਸੀਂ ਵੀ ਬੜੀਆਂ ਧੂਮਾਂ ਮਚਾਈਆਂ ਹੋਈਆਂ ਵੀ ਇਹ ਕਿ ਪੂਰਾ ਟੱਬਰ ਹੀ ਆ ਫੈਮਿਲੀ ਦੀ ਸਪੋਰਟ ਵਾਧੂ ਤਾਂ ਕਰਕੇ ਉਹਨਾਂ ਨੇ ਕਦੀ ਰੋਕਿਆ ਵੀ ਨਹੀਂ ਸਾਨੂੰ ਅੱਛਾ ਹਾਂਜੀ ਕਿੰਨੇ ਸਾਲ ਦੇ ਹੋ ਮੈਂ 21 'ਚ ਲੱਗੀ ਹਾਂ ਹੁਣ ਅੱਛਾ ਇੰਨੀ ਛੋਟੀ ਉਮਰ ਦੇ ਵਿੱਚ ਬਣਾਉਂਦੇ ਹੋ ਬਸ ਭੈਣ ਵੱਲ ਵੇਖ ਵੇਖ ਕੇ ਚਾਹ ਚੜ ਗਿਆ ਸੀ ਅੱਛਾ ਭੈਣ ਵੱਲ ਵੇਖ ਕੇ ਕਿਵੇਂ ਚਾਹ ਚੜਿਆ ਉਹ ਦੱਸੋ ਪੱਲਵੀ ਬਹੁਤ ਮਤਲਬ ਕਿ ਫੇਮਸ ਹੋ ਚੁੱਕੀ ਸੀ ਹੈ ਨਾ ਉਹ ਜਿੱਥੇ ਵੀ ਜਾਂਦੀ ਸੀ ਸਾਰਿਆਂ ਨੂੰ ਮਿਲਦੇ ਸੀ ਕਿ ਤੁਸੀਂ ਇੰਸਟਾਗ੍ਰਾਮ 'ਤੇ ਹੋ ਟਿਕਟੋਕ 'ਤੇ ਹੋ ਵਧੀਆ ਲੱਗਦਾ ਸੀ ਕੋਈ ਮਿਲਦਾ ਸੀ ਉਹਨਾਂ ਨੂੰ ਤੇ ਮੈਨੂੰ ਵੀ ਚਾਹ ਹੁੰਦਾ ਸੀ ਕਿ ਮੈਨੂੰ ਵੀ ਕੋਈ ਮਿਲੇ ਆਣ ਕੇ ਤੇ ਫਿਰ ਮੇਰਾ ਦਿਲ ਵੀ ਕਰਦਾ ਸੀ ਕਿ ਮੈਂ ਵੀ ਫੇਮਸ ਹੋਵਾਂ ਤੇ ਮੈਂ ਐਵੇਂ ਹੌਲੀ ਹੌਲੀ ਵੀਡੀਓ ਬਣਾਉਣੀ ਸਟਾਰਟ ਕੀਤੀ ਉਹਦੇ ਵੱਲ ਵੇਖ ਵੇਖ ਤੇ ਅੱਜ ਫਿਰ ਇੱਥੇ ਤੱਕ ਆ ਅੱਛਾ ਜਿਵੇਂ ਪਲਵੀ ਨੂੰ ਲੋਕ ਮਿਲਦੇ ਆ ਨਾ ਲੋਕ ਜਾਣਦੇ ਆ ਕਿ ਹਾਂ ਇਹ ਪਲਵੀ ਕਲਿਆਣ ਆ ਨਾ ਤੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਆ ਹੁਣ ਤੇ ਇਹ ਵੀ ਲੋਕੀ ਜਾਣਦੇ ਆ ਦਾਮਨੀ ਕਲਿਆਣ ਦਾਮਨੀ ਹੈ ਤੇ ਦਾਮਨੀ ਵੀ ਕਾਫੀ ਫੇਮਸ ਹੈ ਹਾਂਜੀ ਬਹੁਤ ਲੋਕ ਜਾਣਦੇ ਨੇ ਮਤਲਬ ਜਿੱਥੇ ਵੀ ਚਲ ਜਾਓ ਨਾ ਉੱਥੇ ਕੋਈ ਨਾ ਕੋਈ ਪਛਾਣ ਲੈਂਦਾ ਕਿ ਹਾਂ ਤੁਸੀਂ ਇੰਸਟਾਗ੍ਰਾਮ 'ਤੇ ਫੇਮਸ ਹੋ ਨਾ ਤੁਸੀਂ ਵੀਡੀਓ ਬਣਾਉਂਦੇ ਤੁਹਾਡੀ ਵੀਡੀਓ ਦੇਖਦੇ ਹੁੰਦੇ ਆ ਅੱਛਾ ਆਹ ਤੁਹਾਡਾ ਸੁਪਨਾ ਸੀਗਾ ਨਾ ਕਿ ਲੋਕ ਤੁਹਾਨੂੰ ਪਹਿਚਾਣਨ ਅਤੇ ਹੁਣ ਜਦੋਂ ਪਹਿਚਾਣਦੇ ਨੇ ਫਿਰ ਕਿੰਨੀ ਕੁ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਵਧੀਆ ਲੱਗਦਾ ਮਤਲਬ ਪੀ ਲਈ ਅੰਦਰੋਂ ਵੀ ਕੁਛ ਹੋਰ ਤਰ੍ਹਾਂ ਹੁੰਦੀ ਆ ਖੁਸ਼ੀ 'ਚ ਮਿਲਦੀ ਬਸ ਅੱਛਾ
ਤੇ ਦਮਨੀ ਜਦੋਂ ਰੀਲਸ ਬਣਾਉਂਦੇ ਹੋ ਨਾ ਤੁਸੀਂ ਤੇ ਲੋਕ ਵੀ ਕਾਫੀ ਨੈਗੇਟਿਵ ਕਮੈਂਟ ਕਰਦੇ ਨੇ ਜਿੱਥੇ ਬਹੁਤ ਸਾਰੇ ਪਿਆਰ ਵੀ ਕਰਦੇ ਨੇ ਨੈਗੇਟਿਵ ਕਮੈਂਟ ਵੀ ਕਰਦੇ ਨੇ ਦਰਸ਼ਕਾਂ ਨਾਲ ਸਾਂਝਾ ਕਰੋਗੇ ਕੀ ਕਹਿੰਦੇ ਨੇ ਲੋਕ ਤੇ ਕੀ ਬੀਤਦੇ ਉਸ ਟਾਈਮ ਤੇ ਤੁਹਾਡੇ ਮਨ ਤੇ ਮੇਰੇ ਰੰਗ ਤੇ ਬਹੁਤ ਜਣੇ ਬੋਲਦੇ ਆ ਕਾਲੀ ਜੀ ਆ ਐਵੇਂ ਉਵੇਂ ਬਹੁਤ ਮਤਲਬ ਕਿ ਗਲਤ ਬੋਲਦੇ ਆ ਤੇ ਬਟ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਤੋਂ ਮੈਂ ਸੋਚਦੀ ਹਾਂ ਬੋਲੀ ਜਾਣ ਦੋ ਮੈਨੂੰ ਆਪਣੇ ਆਪ ਨਾਲ ਪਿਆਰ ਹੋਣਾ ਚਾਹੀਦਾ ਵਾ ਬਿਲਕੁਲ ਤੇ ਫਿਰ ਹੌਲੀ ਹੌਲੀ ਐਡਜਸਟ ਕਰ ਲਿਆ ਮੈਂ ਅੱਛਾ ਲੋਕ ਤੁਹਾਨੂੰ ਇਹ ਕਹਿੰਦੇ ਕਿ ਕਾਲੀ ਜੀ ਆ ਬਰਾਊਨ ਰੰਗ ਹੈ ਹੈ ਨਾ ਡਲ ਮਤਲਬ ਕਿ ਕਲਰ ਹੈ ਤੇ ਫਿਰ ਜਦੋਂ ਫਸਟ ਟਾਈਮ ਜਦੋਂ ਤੁਹਾਨੂੰ ਆਉਂਦੇ ਸੀ ਉਹ ਜਿਹੇ ਕਮੈਂਟ ਫਿਰ ਕਿਵੇਂ ਖੁਦ ਨੂੰ ਕਿਉਂਕਿ ਸਮਝਾਉਂਦੇ ਸੀ ਕਿਉਂਕਿ ਜਦੋਂ ਸਾਨੂੰ ਕੋਈ ਮਾੜੀ ਜਿਹੀ ਗੱਲ ਕਰਦੇ ਨਾ ਲੱਗ ਜਾਂਦੀ ਸੀ ਅੱਛਾ ਰੋਣ ਲੱਗ ਪੈਂਦੇ ਸੀਗੇ ਹੋਰ ਕੀ ਮੇਰਾ ਭਰਾ ਕਹਿੰਦਾ ਸੀ ਕਹਿੰਦਾ ਦਾਮਨੀ ਦੇਖ ਤੈਨੂੰ ਕਿੱਦਾਂ ਬੋਲਦੇ ਆ ਦੇਖੀ ਆ ਦੇਖ ਤੈਨੂੰ ਕਮੈਂਟ ਆਇਆ ਕਾਲੀ ਜੀ ਮੈਂ ਪਹਿਲਾਂ ਤਾਂ ਉਹਨੂੰ ਡਿਲੀਟ ਕਰਦੀ ਹੁੰਦੀ ਸੀਗੀ ਤੇ ਹੁਣ ਮੇਰੇ ਇੰਨੇ ਨੈਗੇਟਿਵ ਕਮੈਂਟ ਆ ਨਾ ਇੰਸਟਾ ਚੈੱਕ ਕਰ ਸਕਦੇ ਹੋ ਮੈਂ ਕਦੀ ਡਿਲੀਟ ਨਹੀਂ ਕੀਤਾ ਅੱਜ ਤੋਂ ਬਾਅਦ ਮੇਰਾ ਹੁਣ ਦਿਲ ਹੀ ਨਹੀਂ ਕਰਦਾ ਫਰਕ ਹੀ ਨਹੀਂ ਪੈਂਦਾ ਜੀ ਤੇ ਨੋਰਮਲੀ ਜੇਕਰ ਸਾਨੂੰ ਕੋਈ ਗੱਲ ਕਹਿ ਦੇ ਸਾਡੇ ਕੋਲ ਸਹਿਨ ਨਹੀਂ ਹੁੰਦੀ ਹੈ ਨਾ ਤੇ ਤੁਹਾਨੂੰ ਤਾਂ ਲੋਕ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਸੁਣਾ ਜਾਂਦੇ ਸੀਗੇ ਬਹੁਤ ਸੁਣਾਉਂਦੇ ਨੇ ਹਜੇ ਵੀ ਸੁਣਾਉਂਦੇ ਨੇ ਅੱਛਾ ਹੁਣ ਕੀ ਕਹਿੰਦੇ ਨੇ ਹਜੇ ਵੀ ਕਹਿੰਦੇ ਨੇ ਰੰਗ ਨੂੰ ਲੈ ਕੇ ਹਜੇ ਵੀ ਮੈਂ ਸ਼ਾਇਰੀ ਉਹ ਸ਼ਾਇਰੀ ਬੋਲਦੀ ਹਾਂ ਤੇ ਉਹਦੇ 'ਚ ਵੀ ਬਹੁਤ ਗਲਤ ਕਿ ਤੂੰ ਮਜ਼੍ਹਬੀ ਸਿੱਖਾਂ ਬਾਰੇ ਬੋਲਦੀ ਹਾਂ ਤੇ ਮਤਲਬ ਮੈਂ ਕਿਸੇ ਦੀ ਜਾਤ ਨੂੰ ਲੈ ਕੇ ਨਹੀਂ ਹਾਂ ਕਿਸੇ ਦੀ ਮਤਲਬ ਕਿ ਕਿਸੇ ਦੀ ਬੁਰਾਈ ਕਰਕੇ ਨਹੀਂ ਮੈਂ ਅੱਗੇ ਆਉਂਦੀ ਤਾਰੀਫ ਕਰਕੇ ਅੱਗੇ ਜਾਣਾ ਸਭ ਤੋਂ ਵਧੀਆ ਤੇ ਲੋਕੀ ਕਈ ਰੋਸਟ ਕਰਦੇ ਨੇ ਉਹ ਗੱਲ ਤਾਂ ਗਲਤ ਆ ਨਾ ਕਿਸੇ ਦੀ ਬੇਇੱਜ਼ਤੀ ਕਰਕੇ ਅੱਗੇ ਆਉਣਾ ਕਿਸੇ ਦੀ ਤਾਰੀਫ ਕਰਕੇ ਅੱਗੇ ਆਓ ਮੈਂ ਤਾਂ ਇਹ ਕਹਿਣਾ ਚਾਹੁੰਦੀ ਸਾਰੇ ਤੇ ਜੇ ਤੁਸੀਂ ਦੇਖਦੇ ਹੋ ਕਿ ਲੋਕ ਤੁਹਾਡੇ ਨੂੰ ਲੈ ਕੇ ਇੱਦਾਂ ਦੀਆਂ ਵੀਡੀਓਜ਼ ਬਣਾਉਂਦੇ ਆ ਨਾ ਨੈਗੇਟਿਵ ਕਮੈਂਟ ਕਰਦੇ ਆ ਜੇ ਤੁਸੀਂ ਉਹਨਾਂ ਦੀਆਂ ਰੋਸਟਰਸ ਦੀਆਂ ਵੀਡੀਓ ਦੇਖਦੇ ਆ ਤੇ ਉਸ ਟਾਈਮ ਤੇ ਮਨ ਤੇ ਕੀ ਬੀਤਦੀ ਆ ਉਸ ਟਾਈਮ ਮਨ ਤੇ ਕੀ ਬੀਤਦੀ ਆ ਰੋਣਾ ਹੀ ਹੁੰਦਾ ਦੇਖ ਕੇ ਕਿ ਲੋਕ ਕੀ ਕੀ ਸੋਚਦੇ ਹਨਾ ਕਿਸੇ ਨੂੰ ਕੁਝ ਕਰਨ ਨਹੀਂ ਦਿੰਦੇ ਸਗੋਂ ਉਹਨੂੰ ਮੋਟੀਵੇਟ ਨਹੀਂ ਕਰਦੇ ਡੀਮੋਟੀਵੇਟ ਕਰ ਦਿੰਦੇ ਕਿ ਯਾਰ ਫਿਰ ਅੱਗੇ ਨਹੀਂ ਵੱਧਦਾ ਬੰਦਾ ਫਿਰ ਮੇਰੇ ਨਾਲ ਫਰੈਂਡ ਹੀ ਇਹੋ ਜਿਹੇ ਜੁੜੇ ਮੈਨੂੰ ਕਦੀ ਵੀ ਪਿੱਛੇ ਜਾਣ ਹੀ ਨਹੀਂ ਦਿੰਦੇ ਉਹ ਕਹਿੰਦੇ ਹੋਰ ਅੱਗੇ ਵੱਧ ਕੁਛ ਨਹੀਂ ਹੁੰਦਾ ਫੇਮਸ ਆ ਤਾਂ ਕਰਕੇ ਤੇ ਰੋਸਟ ਹੁੰਦੇ ਨੇ ਐਵੇਂ ਤਾਂ ਕੁਛ ਨਹੀਂ ਆ ਤੇ ਜਦੋਂ ਰੋਸਟਰਸ ਦੀ ਜਦੋਂ ਵੀਡੀਓਜ਼ ਦੇਖਦੇ ਹੋ ਨਾ ਉਸ ਟਾਈਮ ਤੇ ਖੁਦ ਨੇ ਮਨ ਨੂੰ ਕਿਵੇਂ ਸਮਝਾਉਂਦੇ ਕਿਉਂਕਿ ਤੁਹਾਡੇ ਨੂੰ ਲੈ ਕੇ ਕੋਈ ਮਤਲਬ ਇੰਨਾ ਜ਼ਿਆਦਾ ਨੈਗੇਟਿਵ ਕਰਦਾ ਪਿਆ ਤੁਹਾਡੇ ਨੂੰ ਲੈ ਕੇ ਇੰਨਾ ਗਲਤ ਬੋਲਦਾ ਪਿਆ ਉਸ ਟਾਈਮ ਤੇ ਕਿਤੇ ਨਾ ਕਿਤੇ ਤਾਂ ਬੈਡ ਫੀਲ ਹੁੰਦਾ ਨਾ ਯਾਰ ਮੇਰੇ ਨਾਲ ਹੀ ਕਿਉਂ ਫਿਰ ਪਰਮਾਤਮਾ ਨਾਲ ਵੀ ਗਿਲਾ ਸ਼ਿਕਵਾ ਹੁੰਦਾ ਨਾ ਵੀ ਮੇਰਾ ਰੰਗ ਕਿਉਂ ਕਾਲਾ ਬਣਾ ਤੱਡੇ ਲੋਕ ਮੈਨੂੰ ਇੰਨਾ ਜ਼ਿਆਦਾ ਟ੍ਰੋਲ ਕਰਦੇ ਇਹ ਗੱਲ ਤਾਂ ਹੈ ਕਿ ਪਰਮਾਤਮਾ ਨਾਲ ਜ਼ਰੂਰ ਹੁੰਦਾ ਕਿ ਹਾਂ ਮੇਰਾ ਰੰਗ ਕਿਉਂ ਕਾਲਾ ਹਨਾ ਸਾਰੇ ਮੇਰੇ ਭੈਣ ਭਰਾ ਸਾਰੇ ਗੋਰੇ ਮੰਮੀ ਡੈਡੀ ਸਾਰੇ ਗੋਰੇ ਮੈਂ ਕਾ ਤੂੰ ਗਾਣੀਆਂ ਅੱਛਾ ਤੇ ਮੰਮਾ ਕਹਿੰਦੀ ਤੂੰ ਆਪਣੀ ਮਾਸੀ ਤੇ ਗਈ ਆ ਐਵੇਂ ਮਤਲਬ ਪਰ ਤੁਸੀਂ ਬਹੁਤ ਬਿਊਟੀਫੁਲ ਹੋ ਲੋਕ ਜਿਹੜੀ ਦੇਣ ਜਿਹੜੇ ਲੋਕ ਤੁਹਾਨੂੰ ਦੇਖ ਕੇ ਨੈਗੇਟਿਵ ਕਮੈਂਟ ਕਰਦੇ ਉਹਨਾਂ ਨੂੰ ਖੂਬਸੂਰਤੀ ਦਾ ਅਸਲ ਮਤਲਬ ਨਹੀਂ ਪਤਾ ਰੰਗ ਗੋਰਾ ਕਾਲਾ ਹੋਣਾ ਖੂਬਸੂਰਤੀ ਨਹੀਂ ਹੁੰਦੀ ਟੈਲੈਂਟ ਦੇਖਣਾ ਚਾਹੀਦਾ ਇਹ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਹੈਗਾ ਜੀ ਤੇ ਜਦੋਂ ਰੋਸਟਰਸ ਦੇ ਵੱਲੋਂ ਗਲਤ ਵੀਡੀਓ ਬਣਾਈ ਜਾਂਦੀ ਕਈ ਵਾਰ ਨਾ ਉਹ ਖੁਦ ਹੀ ਮਤਲਬ ਇਫੈਕਟ ਐਡ ਕਰ ਦਿੰਦੇ ਗਲਤ ਚੀਜ਼ਾਂ ਐਡ ਕਰ ਦਿੰਦੇ ਹੈ ਨਾ ਗਲਤ ਗਾਲਾਂ ਲਗਾ ਦਿੰਦੇ ਹੈ ਨਾ ਉਹ ਆਪ ਬਣਾਉਂਦੇ ਨੇ ਮੈਂ ਤਾਂ ਉਹਦੇ ਵਿੱਚ ਕੁਝ ਗਲਤ ਕੀਤਾ ਵੀ ਨਹੀਂ ਸੀ ਸ਼ਾਇਰੀ ਦੇ ਵਿੱਚ ਬਟ ਉਹਨਾਂ ਨੇ ਮਤਲਬ ਕਿ ਗਲਤ ਚੀਜ਼ ਤੇ ਵੀਡੀਓ ਬਣਾਤੀ ਸੀ ਫਿਰ ਡਰ ਨਹੀਂ ਲੱਗਦਾ ਜਦੋਂ ਗਲਤ ਚੀਜ਼ ਹੁੰਦੀ ਗਲਤ ਲੋਕਾਂ ਤੱਕ ਪਹੁੰਚਦੀ ਲੋਕ ਤੁਹਾਡੇ ਹੇਟਰਸ ਬਣਦੇ ਆ ਮੇਰੇ ਫਰੈਂਡ ਮੈਨੂੰ ਖੁਦ ਸ਼ੇਅਰ ਕਰਦੇ ਸੀ ਕਹਿੰਦੇ ਕਿ ਦਾਮਨੀ ਦੇਖ ਕੋਈ ਤਾਂ ਸਟੋਰੀਆਂ ਪਾਉਂਦੇ ਸੀ ਨਾਲ ਰਹਿ ਕੇ ਵੀ ਸਟੋਰੀਆਂ ਪਾਉਂਦੇ ਸੀ ਕਿ ਅੱਛਾ ਯਾਰ ਦੋਸਤ ਮਤਲਬ ਹੁੰਦੇ ਆ ਕੋਈ ਐਵੇਂ ਦੇ ਬਟ ਫਿਰ ਦੋ ਤਿੰਨ ਯਾਰ ਖੜੇ ਨੇ ਫਰੈਂਡ ਸਰਕਲ ਇੰਨਾ ਵਧੀਆ ਨਾ ਤੇ ਉਹਨਾਂ ਨੇ ਕਦੀ ਵੀ ਮੈਨੂੰ ਸੋਚਣ ਨਹੀਂ ਦਿੱਤਾ ਮੈਂ ਵੀਡੀਓ ਬਣਾਉਣੀਆਂ ਛੱਡਤੀਆਂ ਸੀ ਮੈਂ ਕਿਹਾ ਮੈਂ ਵੀਡੀਓ ਨਹੀਂ ਬਣਾਉਣੀ ਐਵੇਂ ਲੋਕੀ ਕਿਉਂ ਕਰਦੇ ਆ ਫਿਰ ਉਹ ਕਹਿੰਦੇ ਯਾਰ ਇੱਕ ਇੱਕ ਜਣੇ ਨਾਲ ਕਰਨ ਨਾਲ ਐਵੇਂ ਨਹੀਂ ਹੁੰਦਾ ਦਾਮਨੀ ਲਾਈਫ ਰੁਕ ਨਹੀਂ ਜਾਂਦੀ ਆ ਬਿਲਕੁਲ ਤੇ ਫਿਰ ਅੱਛਾ ਜਦੋਂ ਵੀਡੀਓ ਮਤਲਬ ਕਿ ਸੋਚਿਆ ਮਾਇੰਡ ਦੇ ਵਿੱਚ ਕਿ ਨਹੀਂ ਹੁਣ ਵੀਡੀਓ ਨਹੀਂ ਬਣਾਉਣੀ ਆ ਹੈ ਨਾ ਤੇ ਫਿਰ ਕਿਵੇਂ ਖੁਦ ਨੂੰ ਮੋਟੀਵੇਟ ਕਰ ਲਿਆ ਵੀ ਨਹੀਂ ਕਈ ਜਾਂਦਾ ਜਿਹੜਾ ਜੋ ਕੁਛ ਕਹਿੰਦਾ ਮੈਂ ਅੱਗੇ ਵਧਣਾ ਮੈਂ ਵੀਡੀਓ ਬਣਾਉਣੀ ਆ ਜਦੋਂ ਮੈਂ ਵੀਡੀਓ ਦੇਖਦੀ ਸੀਗੀ ਤੇ ਫਿਰ ਮੇਰਾ ਦਿਲ ਕਰਦਾ ਸੀ ਯਾਰ ਮੈਂ ਵੀਡੀਓ ਕਦੋਂ ਬਣਾਉਣੀ ਛੱਡਦੀ ਆ ਇੰਨਾ ਕਰਕੇ ਮੈਂ ਕਦੋਂ ਛੱਡੀ ਜਾਂਦੀ ਉਹਨਾਂ ਨੂੰ ਛੱਡਣੀਆਂ ਪੈਣੀਆਂ ਦੇਖੀ ਇੱਕ ਦਿਨ ਟਾਈਮ ਲੈ ਕੇ ਆਉਂਗੀ ਫਿਰ ਇੱਦਾਂ ਹੌਲੀ ਹੌਲੀ ਕਰਕੇ ਨਾ ਆਪਣੇ ਆਪ ਨੂੰ ਮੋਟੀਵੇਟ ਕੀਤਾ ਕਿ ਨਹੀਂ ਦਾਮਨੀ ਵੀਡੀਓ ਛੱਡਣਾ ਕੁਛ ਵੀ ਨਹੀਂ ਹੁੰਦਾ ਤੂੰ ਵੀਡੀਓ ਕੰਟੀਨਿਊ ਰੱਖ ਆਪੇ ਸਾਰਾ ਸੈੱਟ ਹੋ ਜਾਂਦਾ ਵਾ ਕਿਉਂਕਿ ਹਰੇਕ ਟਾਈਮ ਇੱਕੋ ਬੰਦਾ ਨਹੀਂ ਚੱਲਦਾ ਬਿਲਕੁਲ ਤੇ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਛਾਇਓ ਲੋਕ ਤੁਹਾਡੇ ਕਲਰ ਨੂੰ ਲੈ ਕੇ ਬੈਡ ਕਮੈਂਟ ਕਰਦੇ ਨੇ ਕਦੇ ਇਦਾਂ ਹੋਇਆ ਕਿ ਬਚਪਨ ਤੋਂ ਤੁਹਾਨੂੰ ਉਹ ਚੀਜ਼ਾਂ ਫੇਸ ਕਰਨੀਆਂ ਪਈਆਂ ਹੋਵੇ ਤੁਹਾਡੇ ਕਲਰ ਕਰਕੇ ਤੁਹਾਡੀ ਫੈਮਿਲੀ ਵੱਲੋਂ ਤੁਹਾਡੇ ਰਿਸ਼ਤੇਦਾਰਾਂ ਵੱਲੋਂ ਫੈਮਿਲੀ ਵੱਲੋਂ ਤੇ ਕੋਈ ਵੀ ਨਹੀਂ ਆ ਫੈਮਿਲੀ ਮੇਰੀ ਬਹੁਤ ਚੰਗੀ ਆ ਨਹੀਂ ਰਿਸ਼ਤੇਦਾਰਾਂ ਦੇ ਵੱਲੋਂ ਆਂਢ ਗੁਆਂਢ ਵੱਲੋਂ ਇਦਾਂ ਸੁਣਨ ਨੂੰ ਮਿਲਿਆ ਹੋਵੇ ਵੀ ਲੋਕ ਕਾਲਜ ਰੰਗ ਦੀ ਆ ਨਹੀਂ ਮੇਰੇ ਨਾਲ ਸਕੂਲ ਦੇ ਵਿੱਚ ਇੱਦਾਂ ਸੀ ਨਾ ਫੈਮਿਲੀ
ਕਿਸੇ ਵਿੱਚ ਕੁਝ ਨਹੀਂ ਸੀ, ਸੋਸ਼ਲ ਮੀਡੀਆ ਤੇ ਆ ਜੋ ਵੀ ਆ। ਅੱਛਾ, ਕਿ ਪਰੇ ਤੋਂ ਪਰੇ ਦੁਨੀਆ ਬੈਠੀ ਆ। ਬਿਲਕੁਲ ਬਿਲਕੁਲ। ਤੇ ਕਦੇ ਕਿਸੇ ਨੂੰ ਤੋੜ ਕੇ ਜਵਾਬ ਦਿੱਤਾ ਵੀ ਤੂੰ ਮੈਨੂੰ ਕੌਣ ਹੁੰਦਾ ਜੱਜ ਕਰਨ ਵਾਲਾ? ਬੋਲੇ ਕਦੇ? ਕਹਿੰਦੇ ਕੁੜੀਆਂ ਲੜਾਕੀਆਂ ਬਹੁਤ ਹੁੰਦੀਆਂ। ਵੈਸੇ ਹੋ ਜਾਂਦਾ ਸੀ ਕਈ ਵੇਲੇ, ਹੋ ਜਾਂਦਾ ਸੀਗਾ, ਫਿਰ ਅੱਗੇ ਹੋਰ ਬੈਡ ਬੋਲਦੇ, ਫਿਰ ਹੋਰ ਬੈਡ ਗੱਲ ਕਰਦੇ ਨਾ ਉਹ। ਫਿਰ ਮੇਰਾ ਦਿਲ ਵੀ ਕਰਦਾ ਸੀ ਕਿ ਮੈਨੂੰ ਕਿੱਦਾਂ ਗਲਤ ਬੋਲਦਾ। ਫਿਰ ਮੇਰਾ ਦਿਲ ਕਰਦਾ ਸੀ ਮੈਂ ਵੀ ਫਿਰ ਬੋਲ ਦਿੰਦੀ ਹਾਂ। ਅੱਛਾ, ਕਦੇ ਫੈਮਿਲੀ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਕਿ ਮੈਨੂੰ ਇੱਦਾਂ ਟ੍ਰੋਲ ਕਰਦੇ ਆ, ਮੇਰੇ ਕਲਰ ਨੂੰ ਲੈ ਕੇ ਬੈਡ ਕਮੈਂਟ ਕਰਦੇ ਆ? ਮੰਮਾ ਵੀ ਸੁਣ ਕੇ ਪਹਿਲਾਂ ਤਾਂ ਹੱਸਦੇ ਹੁੰਦੇ ਸੀਗੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀਗਾ ਰੋਣ ਨਾ ਲੱਗ ਜਾਏ, ਮੈਂ ਰੋਣ ਬਹੁਤ ਜਲਦੀ ਲੱਗ ਜਾਂਦੀ ਹਾਂ। ਅੱਖਾਂ ਤੁਹਾਡੀਆਂ ਹੁਣ ਵੀ ਭਰਦੀਆਂ ਪਈਆਂ ਵਾ। ਅਤੇ ਮੰਮਾ ਨਾ ਮਤਲਬ ਕਹਿੰਦੇ ਸੀ ਰੋਣ ਨਾ ਲੱਗ ਜਾਵੇ ਤਾਂ ਉਹਨਾਂ ਨੇ ਹੱਸਣ ਲੱਗ ਜਾਣਾ, ਅਤੇ ਮੈਂ ਮੰਮਾ ਨੂੰ ਕਹਿੰਦੇ ਹੁੰਦੇ ਸੀ ਮੰਮਾ ਯਾਰ ਤੂੰ ਹੱਸਦੀ ਵੀ ਤਾਂ ਯਾਰ ਥੋੜ੍ਹੇ ਨਾ ਕਰੀਦਾ ਹੁੰਦਾ ਵਾ, ਲੋਕ ਮੈਨੂੰ ਕੀ ਬੋਲਣ ਦੇ ਤੁਸੀਂ ਹੱਸ ਜਾਂਦੇ? ਕਹਿੰਦੇ ਕੁਛ ਨਹੀਂ ਹੁੰਦਾ ਵਾ, ਸਾਰੇ ਆ ਕੁਆਲੇ ਹੈ ਨਾ, ਇਹ ਤਾਂ ਨਹੀਂ ਇਕੱਲੀ ਤੂੰ ਹੀ ਆ ਦੁਨੀਆ ਦੇ ਵਿੱਚ। ਮੈਂ ਕਿਹਾ ਹਾਂ ਮੰਮਾ ਇਹ ਤਾਂ ਸਹੀ ਗੱਲ ਆ। ਫਿਰ ਉਸ ਤੋਂ ਬਾਅਦ ਕੁਛ ਵੀ ਨਹੀਂ, ਫਿਰ ਮੈਂ ਡੈਡੀ ਨੂੰ ਦੱਸ ਦਿੰਦੀ ਸੀ, ਡੈਡੀ ਤਾਂ ਵੈਸੇ ਵੀ ਕੁਛ ਵੀ ਨਹੀਂ ਕਹਿੰਦੇ ਹੁੰਦੇ, ਉਹ ਬਸ ਆਪਣੀ ਮਸਤੀ 'ਚ ਰਹਿੰਦੇ ਹੁੰਦੇ ਆ। ਅੱਛਾ, ਉਹਨਾਂ ਨੇ ਨਹੀਂ ਕਦੀ ਕੁਛ ਕੀਤਾ, ਮਤਲਬ ਬੋਲੇ ਤੱਕ ਨਹੀਂ ਮੈਨੂੰ ਕਦੀ ਕਿ ਤੂੰ ਇੱਦਾਂ ਕਰਦੀ ਉੱਦਾਂ ਕਰਦੀ, ਵੀਡੀਓ ਬਣਾਉਂਦੀ। ਮੈਂ ਇੱਕ ਵਾਰੀ ਉਹਨਾਂ ਦੇ ਕੰਮ 'ਤੇ ਗਈ ਅਤੇ ਮੈਂ ਬਾਹਰ ਖੜੀ ਪਈ ਸੀ, ਅਤੇ ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਡੈਡੀ ਮੈਂ ਐਕਟੀਵਾ ਸਹੀ ਕਰਾ ਰਹੀ ਹਾਂ ਅਤੇ ਮੈਨੂੰ ਪੈਸੇ ਚਾਹੀਦੇ ਆ, ਅਤੇ ਮੈਨੂੰ ਤੁਸੀਂ ਪੈਸੇ ਦੇ ਦਿਉ। ਡੈਡੀ ਕਹਿੰਦਾ ਰੁੱਕ ਮੈਂ 2 ਮਿੰਟ 'ਚ ਆਉਂਦਾ ਬਾਹਰ। ਮੈਂ ਕਿਹਾ ਠੀਕ ਆ। ਅਤੇ ਉੰਨੀ ਦੇਰ 'ਚ ਨਾ ਇੱਕ ਕੁੜੀ ਆਈ ਮੇਰੇ ਕੋਲ, ਉਹ ਮੇਰੇ ਨਾਲ ਗੱਲਾਂ ਕਰਨ ਲੱਗ ਗਈ, ਫੋਟੋ ਖਿੱਚਣ ਲੱਗ ਗਈ। ਡੈਡੀ ਕਹਿੰਦਾ ਆ ਕੌਣ ਸੀ? ਮੈਂ ਕਿਹਾ ਡੈਡੀ ਮੈਨੂੰ ਨਹੀਂ ਪਤਾ ਬਟ ਫੋਟੋ ਖਿਚਾ ਕੇ ਗਈ ਆ। ਡੈਡੀ ਕਹਿੰਦਾ ਅੱਛਾ ਤੈਨੂੰ ਸਾਰੇ ਜਾਣਦੇ ਆ? ਮੈਂ ਕਿਹਾ ਪਤਾ ਨਹੀਂ ਡੈਡੀ, ਕੋਈ ਤਾਂ ਕੋਈ ਜਾਣਦਾ ਹੀ ਹੋਣਾ ਵਾ। ਬਸ ਫਿਰ ਡੈਡੀ ਨੂੰ ਵਧੀਆ ਫੀਲ ਹੋਇਆ ਕਿ ਮੇਰੇ ਬੱਚਿਆਂ ਨੂੰ ਕੋਈ ਜਾਣਦਾ ਹੈ ਨਾ, ਜਿੱਥੇ ਮੈਂ ਖੜਾ ਹੋ ਜਾਣਾ ਉੱਥੇ ਮੈਨੂੰ ਪਤਾ ਲੱਗਦਾ ਕਿ ਹਾਂ ਮਤਲਬ ਜਿਹੜੇ ਮੈਨੂੰ ਜਾਣਦੇ ਆ ਉਹ ਫਿਰ ਪਾਪਾ ਨੂੰ ਵੀ ਬੁਲਾਉਂਦੇ ਹੈ ਨਾ, ਅਤੇ ਡੈਡੀ ਨੂੰ ਵੀ ਫੀਲ ਹੁੰਦਾ ਕਿ ਹਾਂ ਕੋਈ ਮਤਲਬ ਕਿ ਅਣਜਾਣ ਆਣ ਕੇ ਬੁਲਾ ਰਿਹਾ ਵਾ, ਕੋਈ ਤਾਂ ਗੱਲ ਹੈ ਮੇਰੀ ਕੁੜੀ 'ਚ। ਜੀ ਬਿਲਕੁਲ। ਦਾਮਨੀ ਜਿਵੇਂ ਤੁਸੀਂ ਵੀਡੀਓਜ਼ ਬਣਾਉਂਦੇ ਹੋ ਨਾ, ਅਤੇ ਅੱਗੇ ਉਹ ਪਲਵੀ ਵੀ ਕਾਫੀ ਵੀਡੀਓਜ਼ ਬਣਾਉਂਦੇ ਆ, ਉਹਨਾਂ ਦੀਆਂ ਮਤਲਬ ਕਿ ਤੁਹਾਡੇ ਮੰਮੀ ਪਾਪਾ ਦੀਆਂ ਦੋਨੋਂ ਬੇਟੀਆਂ ਕਾਫੀ ਵਾਇਰਲ ਆ, ਹੈ ਨਾ? ਅਤੇ ਸਾਡਾ ਸਮਾਜ ਹਜੇ ਇੰਨਾ ਜ਼ਿਆਦਾ ਮੈਂਟਲੀ ਮਤਲਬ ਪ੍ਰਪੇਅਰ ਨਹੀਂ ਹੋਇਆ ਕਿ ਜਿਹੜੀਆਂ ਕੁੜੀਆਂ ਵੀਡੀਓਜ਼ ਬਣਾਉਂਦੇ ਉਹਨਾਂ ਨੂੰ ਸਹੀ ਆਖਦੇ ਨੇ। ਹਮੇਸ਼ਾ ਹੀ ਮਾਪਿਆਂ ਨੂੰ ਕਹਿਣਾ ਵੀ ਤੁਸੀਂ ਪੜ੍ਹਾ ਲਿਖਾ ਲਓ, ਤੁਸੀਂ ਕਿਹੜੇ ਕੰਮੀ ਲਾਈਆਂ ਹੋਈਆਂ ਕੁੜੀਆਂ, ਇੱਦਾਂ ਤੁਹਾਡੇ ਪੇਰੈਂਟਸ ਨੂੰ ਕਹਿੰਦੇ ਆ? ਮੇਰੇ ਪੇਰੈਂਟਸ ਨੂੰ ਤਾਂ ਨਹੀਂ ਕਹਿੰਦੇ, ਮੈਨੂੰ ਕਹਿੰਦੇ ਕਮੈਂਟ ਦੇ ਵਿੱਚ ਤੂੰ ਪੜ੍ਹ ਲਾ ਤੇਰੀ ਪੜ੍ਹਨ ਦੀ ਉਮਰ ਆ। ਅੱਛਾ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਕਿ ਮੈਂ ਪੜ੍ਹਦੀ ਹਾਂ, ਤੁਹਾਡੇ ਕਹਿਣ 'ਤੇ ਤਾਂ ਮੈਂ ਪੜ੍ਹਾਈ ਛੱਡੀ ਨਹੀਂ ਆ, ਜੇ ਮੈਂ ਤੁਹਾਡੇ ਕਹਿਣ 'ਤੇ ਮੈਂ ਪੜ੍ਹਨਾ ਵਾ ਕੁਛ ਵੀ ਇੱਦਾਂ ਦਾ ਮਤਲਬ ਕਿ ਮੈਂ ਤੁਹਾਡੇ ਕਹਿਣ 'ਤੇ ਨਹੀਂ ਤੁਰਨਾ ਹੈਗਾ, ਮੈਂ ਆਪਣੀ ਮੰਮਾ ਹੋਣਾਂ ਦੇ ਕਹਿਣ 'ਤੇ ਤੁਰਨਾ, ਜਿੱਦਾਂ ਮੰਮਾ ਹੋਣੇ ਕਹਿਣਗੇ ਉੱਦਾਂ ਕਰਾਂਗੇ ਆਪਾਂ। ਅਤੇ ਮੈਂ ਬੀ ਏ ਬੀ ਐੱਡ ਕਰਦੀ ਸੀਗੀ ਅਤੇ ਉਹ ਥੋੜ੍ਹੀ ਜਿਹੀ ਪ੍ਰੋਬਲਮ ਸੀ ਤਾਂ ਕਰਕੇ ਛੱਡਣੀ ਪਈ, ਅਤੇ ਹੁਣ ਇੰਗਲਿਸ਼ ਸਪੋਕਨ ਕਰਨ ਦੇ ਆ, ਉਸ ਤੋਂ ਬਾਅਦ ਫਿਰ ਮੈਂ ਕਾਲਜ ਜੁਆਇਨ ਕਰੂੰਗੀ। ਓਕੇ, ਹਾਂਜੀ। ਅੱਛਾ, ਪਹਿਲਾਂ ਤੁਸੀਂ ਡਿਗਰੀ ਕਰਦੇ ਪਏ ਸੀ ਨਾ, ਇਹੋ ਜਿਹੀ ਕੀ ਪ੍ਰੋਬਲਮ ਆ ਗਈ ਕਿ ਲੈਫਟ ਕਰਨੀ ਪਈ? ਕੀ ਮਨੀ ਪ੍ਰੋਬਲਮ ਸੀ ਕੁਛ ਫੈਮਿਲੀ ਵੱਲੋਂ? ਨਹੀਂ, ਮਨੀ ਪ੍ਰੋਬਲਮ ਤਾਂ ਨਹੀਂ ਸੀ, ਉਹ ਪਲਵੀ ਦਾ ਬੇਬੀ ਹੋਣ ਵਾਲਾ ਸੀ। ਓਕੇ। ਅਤੇ ਪਲਵੀ ਕਹਿੰਦੀ ਦਾਮਨੀ ਮੇਰੇ ਤੋਂ ਜਾਇਆ ਨਹੀਂ ਜਾਣਾ, ਅਤੇ ਫਿਰ ਮੈਨੂੰ ਇਕੱਲਾ, ਮੈਂ ਇਕੱਲੀ ਕਦੀ ਵੀ ਨਹੀਂ ਗਈ, ਮੈਂ ਸਕੂਲ ਵੀ ਨਹੀਂ ਕਦੀ ਉਹ ਤੋਂ ਬਿਨਾਂ ਗਈ ਹਾਂ। ਅੱਛਾ, ਮਤਲਬ ਕਿ ਪਲਵੀ ਦੇ ਨਾਲ ਵਧੀਆ ਲੱਗਦਾ ਮੈਨੂੰ, ਫੀਲ ਹੁੰਦਾ ਕਿ ਹਾਂ ਮੇਰੀ ਭੈਣ ਹੈਗੀ ਆ। ਅੱਛਾ, ਅਤੇ ਅੱਜ ਦੋਨਾਂ ਭੈਣਾਂ ਨੂੰ ਲੋਕ ਮਤਲਬ ਵਾਹਵਾ ਜਾਣਦੇ ਨਾ, ਅਤੇ ਜਦੋਂ ਇਕੱਠੀਆਂ ਜਾਂਦੀਆਂ ਵਾ ਫਿਰ ਲੋਕ ਫੋਟੋਆਂ ਵੀ ਕਰਵਾਉਂਦੇ ਹੋਣੇ ਨਾ, ਫਿਰ ਕਿੰਨੀ ਖੁਸ਼ੀ ਹੁੰਦੀ? ਬਹੁਤ ਖੁਸ਼ੀ ਹੁੰਦੀ ਜਦੋਂ ਮੇਰੀ ਭੈਣ ਨੂੰ ਕੋਈ ਮਿਲਦਾ ਨਾ ਸਪੈਸ਼ਲ ਆਣ ਕੇ, ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਨਹੀਂ ਯਾਰ ਪਲਵੀ ਮੇਰੀ ਭੈਣ ਆ, ਮੈਨੂੰ ਇੱਦਾਂ ਲੱਗਦਾ ਕਿ ਯਾਰ ਸਟਾਰ ਦੀ ਭੈਣ, ਚਾਹੇ ਮੈਂ ਘੱਟ ਫੇਮਸ ਆ ਲੇਕਿਨ ਮੈਨੂੰ ਆਪਣੀ ਭੈਣ ਤੇ ਬਹੁਤ ਮਾਣ ਆ। ਅੱਛਾ, ਕਿਉਂ ਫੇਮਸ ਆ? ਠੀਕ ਹੈ, ਤੇ ਕਦੇ ਪਲਵੀ ਨਾਲ ਲੜਾਈ ਹੋਈ? ਹਾਂਜੀ, ਬਹੁਤ ਅੜੀ ਹੋਈ ਲੜਾਈ। ਕਿੱਦਾਂ ਦੀ ਹੁੰਦੀ ਭੈਣਾਂ ਦੀ ਲੜਾਈ? ਸਾਡੀ ਲੜਾਈ ਪਹਿਲਾਂ ਸ਼ੁਰੂ ਸ਼ੁਰੂ ਤੋਂ ਜੋ ਛੋਟੇ ਹੁੰਦੇ ਸੀ ਉਦੋਂ ਕੱਪੜਿਆਂ ਤੋਂ ਬੜੀ ਲੜਾਈ ਹੁੰਦੀ ਸੀ, ਉਹ ਕਹਿੰਦੀ ਤੂੰ ਮੇਰੇ ਕੱਪੜੇ ਨਵੇਂ ਪਾਲੇ ਆ ਅਤੇ ਮੈਂ ਕਹਿੰਦੀ ਨਹੀਂ ਤੂੰ ਮੇਰੇ ਕੱਪੜੇ ਪਾਲੇ ਆ, ਇੱਦਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਾਈ ਹੁੰਦੀ ਸੀ। ਅਤੇ ਹੁਣ ਜਦੋਂ ਹੁੰਦੀ ਆ ਲੜਾਈ, ਪਹਿਲੀ ਗੱਲ ਤਾਂ ਹੁਣ ਮੈਂ ਕਹਿੰਦੀ ਹੁੰਦੀ ਤੂੰ ਕਾਕਾ ਨਹੀਂ ਲੈ ਕੇ ਆਉਂਦੀ ਇੱਧਰ ਤਾਂ ਮੈਂ ਲੜ ਪੈਂਦੀ। ਅੱਛਾ, ਜਦੋਂ ਨਾ ਭੈਣ ਦੀ ਮਤਲਬ ਬੀਬੀ ਹੋ ਜਾਵੇ ਨਾ ਅਤੇ ਫਿਰ ਭੈਣ ਦੇ ਨਾਲ ਉਹਨਾਂ ਪਿਆਰ ਨਹੀਂ ਰਹਿੰਦਾ, ਬੱਚਿਆਂ ਨਾਲ ਵਾਧੂ ਹੁੰਦਾ, ਤੁਹਾਡੇ ਨਾਲ ਵੀ ਇੱਦਾਂ ਹੁੰਦਾ? ਮੈਨੂੰ ਤਾਂ ਬਹੁਤ, ਮੈਨੂੰ ਪਲਵੀ ਨਾਲ ਉਹਨੂੰ ਘੱਟ ਆ, ਬਿਲਕੁਲ ਘੱਟ ਆ ਪਿਆਰ, ਕਾਕੇ ਨਾਲ ਬਹੁਤ ਜ਼ਿਆਦਾ। ਹਾਂ, ਮੋਸਟਲੀ ਇਹ ਚੀਜ਼ਾਂ ਹੁੰਦੀਆਂ ਵਾ ਕਿ ਭੈਣਾਂ ਦਾ ਨਾ ਪਿਆਰ ਬੱਚਿਆਂ ਨਾਲ ਵੱਧ ਹੋ ਜਾਂਦਾ, ਸਿਸਟਰ ਨਾਲ ਘੱਟ ਜਾਂਦਾ ਹੀ। ਬਟ ਮੈਂ ਭੈਣ ਨਾਲ ਵੀ ਉਨਾ ਹੀ ਕਰਦੀ ਹਾਂ, ਬਟ ਮੈਨੂੰ ਕਾਕੇ ਨਾਲ ਜ਼ਿਆਦਾ। ਅੱਛਾ, ਅਤੇ ਦਾਮਨੀ ਜੇ ਗੱਲ ਕੀਤੀ ਜਾਵੇ ਤੁਹਾਡੇ ਸ਼ੌਂਕ ਕੀ ਹੈ? ਛੋਟੀ ਜਿਹੀ ਉਮਰ ਹੈ ਤੁਹਾਡੀ, ਇੰਨੇ ਵਾਇਰਲ ਹੋ ਤੁਸੀਂ, ਫੇਮਸ ਲੋਕ ਤੁਹਾਨੂੰ ਕਾਫੀ ਪਸੰਦ ਵੀ ਕਰਦੇ ਨੇ। ਮੇਰਾ ਸ਼ੌਂਕ ਇਹੀ ਆ ਕਿ ਮੈਂ ਪੜ੍ਹਾਂ, ਸਟੱਡੀ ਮੈਂ ਕਰਦੀ ਰਹਾਂ ਅਤੇ ਹੋਰ ਮੈਂ ਫੇਮਸ ਤਾਂ ਤੁਹਾਡੇ ਸਾਹਮਣੇ ਹੋ ਹੀ ਰਹੀ ਹਾਂ, ਥੋੜ੍ਹੀ ਥੋੜ੍ਹੀ ਹਜੇ ਹੈਗੀ ਹਾਂ ਅਤੇ ਸ਼ਾਇਰੀਆਂ ਬੋਲੂੰਗੀ ਹਜੇ ਮੈਂ।
ਮੈਂ ਨਹੀਂ ਮੈਂ ਖੁਦ ਨਹੀਂ ਲਿਖਦੀ ਮੇਰਾ ਇੱਕ ਸੋਸ਼ਲ ਮੀਡੀਆ ਤੇ ਵੀਰਾ ਬਣਿਆ ਸੀਗਾ ਬਾਕੀ ਵੀਰਾ ਤੇ ਮਤਲਬ ਕਿ ਉਹਨਾਂ ਨੇ ਨਾ ਸ਼ੁਰੂ ਤੋਂ ਮੈਨੂੰ ਕਿਹਾ ਹੋਇਆ ਕਿ ਤੂੰ ਸ਼ਾਇਰੀਆਂ ਬੋਲਿਆ ਕਰ ਬਟ ਮੈਂ ਉਹਨਾਂ ਦੀ ਇੰਨੀ ਗੱਲ ਨਹੀਂ ਸੁਣਦੀ ਸੀ ਮੈਨੂੰ ਨਹੀਂ ਬੋਲਣ ਦਾ ਸ਼ੌਂਕ ਸੀਗਾ ਤੇ ਇੱਦਾਂ ਨਾ ਮੈਂ ਪੜ ਵੀਡੀਓ ਦੇਖਦੀ ਨਾ ਮੈਨੂੰ ਕਮੈਂਟ ਆਇਆ ਕਿ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਇਹ ਕੀ ਕੰਜਰਖਾਨਾ ਪਿਆ ਅੱਛਾ ਕਿੰਨਾ ਕਿਸ ਚੀਜ਼ ਨੂੰ ਲੈ ਕੇ ਕਿਹਾ ਸੀ ਸਿਰਫ ਇੱਕ ਨੋਰਮਲ ਸੌਂਗ ਤੇ ਵੀਡੀਓ ਸੀ ਮੇਰੀ ਓਕੇ ਉਦੋਂ ਮੈਂ ਸ਼ਾਇਰੀਆਂ ਨਹੀਂ ਬੋਲਦੀ ਸੀ ਤੇ ਸ਼ਾਇਰੀਆਂ ਤਾਂ ਮੈਨੂੰ 6-7 ਮਹੀਨੇ ਹੋਏ ਬੋਲਦੀ ਨੂੰ ਤੇ ਫਿਰ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਇੱਦਾਂ ਕਿਹਾ ਸੀ ਕੀ ਕੰਜਰਖਾਨਾ ਪਾਇਆ ਤੂੰ ਫਿਰ ਮੈਂ ਨਾ ਇੱਦਾਂ ਫੋਨ ਲੱਗਾ ਹੋਇਆ ਸੀ ਵੀਰੇ ਦਾ ਮੈਂ ਕਿਹਾ ਬਾਕੀ ਵੀਰੇ ਮੈਨੂੰ ਕਮੈਂਟ ਆਇਆ ਕੀ ਕੰਜਰਖਾਨਾ ਪਾਇਆ ਤੂੰ ਦਮਨੀ ਜਦੋਂ ਤੁਹਾਨੂੰ ਕਮੈਂਟ ਆਇਆ ਕਿਹਾ ਕੀ ਕੰਜਰਖਾਨਾ ਕੀ ਕਰਦੇ ਪਏ ਤੁਸੀਂ ਹਨਾ ਤੇ ਉਸ ਟਾਈਮ ਤੇ ਕੀ ਫੀਲਿੰਗ ਸੀਗੀਆਂ ਕਿਵੇਂ ਉਸ ਨੂੰ ਜਵਾਬ ਦਿੱਤਾ ਜਾਂ ਫਿਰ ਛੱਡ ਦਿੱਤਾ ਮੇਰਾ ਦਿਲ ਕਰਦਾ ਸੀ ਗਾਲਾਂ ਕੱਢਾਂ ਬਟ ਵੀਰੇ ਨੇ ਨਾ ਮੈਨੂੰ ਸ਼ਾਇਰੀ ਦਿੱਤੀ ਕਹਿੰਦਾ ਤੂੰ ਬੋਲ ਬਹੁਤ ਵਧੀਆ ਮੈਂ ਕਿਹਾ ਵੀਰੇ ਦੱਸੋ ਜੇ ਮੈਨੂੰ ਵਧੀਆ ਲੱਗੂਗੀ ਤਾਂ ਮੈਂ ਬੋਲੂੰਗੀ ਵੀਰੇ ਨੇ ਇੰਨੀ ਵਧੀਆ ਚੀਜ਼ ਲੈ ਕੇ ਦਿੱਤੀ ਤੇ ਮੈਂ ਬੋਲਾਂਗੀ ਕਿ ਤੂੰ ਕੀ ਲੈਣਾ ਕਿਸੇ ਦੀ ਧੀ ਭੈਣ ਤੋਂ ਮੈਂ ਪੜ੍ਹਦੀ ਹਾਂ ਜਾਂ ਨਹੀਂ ਪੜ੍ਹਦੀ ਚੱਲ ਤੇਰੇ ਲਈ ਤਾਂ ਪੜ੍ਹਦੀ ਆ ਬਾਕੀ ਜਿਹੜੀ ਤੂੰ ਸੋਚ ਲਈ ਫਿਰਦਾ ਨਾ ਐਸਾ ਕੋਈ ਕੰਮ ਨਹੀਂ ਹੈਗਾ ਮੇਰੇ ਰੂਲ 'ਚ ਉਹ ਗੱਲ ਵੱਖਰੀ ਆ ਤੇਰੇ ਲਫ਼ਜ਼ਾਂ ਵਿੱਚ ਕਿ ਮੈਂ ਕੰਜਰਖਾਨਾ ਫੋਨ 'ਤੇ ਕਰਦੀ ਤਾਂ ਤੇਰੇ ਲਈ ਸਕੂਲ 'ਚ ਅੱਛਾ ਕੀ ਬਾਤ ਹੈ ਅਤੇ ਉਹਨੇ ਫਿਰ ਦੇਖੀ ਉਹ ਵਾਲੀ ਵੀਡੀਓ ਕਿ ਦੁਬਾਰਾ ਦਾ ਕਮੈਂਟ ਕਮੁੰਟ ਆਇਆ ਉਹੀ ਦਾ ਉਹ ਵੀਡੀਓ 'ਚ ਇੰਨੇ ਪੋਜ਼ਿਟਿਵ ਕਮੈਂਟ ਸੀ ਨਾ ਬਹੁਤ ਜਣਿਆਂ ਨੇ ਕਿਹਾ ਕਿ ਬਹੁਤ ਵਧੀਆ ਗੱਲ ਕੀਤੀ ਤੁਸੀਂ ਹੈ ਨਾ ਉੱਥੋਂ ਦੀ ਮੇਰੀ ਪਛਾਣ ਬਣੀ ਹੈ ਕਿ ਹਾਂ ਕੁੜੀ 'ਚ ਕੋਈ ਗੱਲਬਾਤ ਹੈ ਅਤੇ ਇਹੋ ਜਿਹੀ ਵੀਡੀਓ ਕਰਕੇ ਮੈਂ ਫੇਮਸ ਹੋਈ ਹਾਂ ਅੱਛਾ ਇੰਨੀ ਮਤਲਬ ਇੱਦਾਂ ਦੀ ਕਈ ਵੀਡੀਓ ਮੇਰੀਆਂ ਕਿ ਮੈਂ ਜਵਾਬ ਜ਼ਿਆਦਾ ਦਿੱਤੇ ਹੈ ਜੀ ਅਤੇ ਦਾਮਨੀ ਜਿਵੇਂ ਤੁਹਾਡਾ ਕਲਰ ਹੈ ਨਾ ਬਰਾਊਨ ਕਲਰ ਹੈ ਠੀਕ ਹੈ ਤੁਹਾਡੇ ਕਲਰ ਨੂੰ ਲੈ ਕੇ ਹਮੇਸ਼ਾ ਹੀ ਤੁਹਾਨੂੰ ਨੈਗੇਟਿਵ ਕਰਨ ਦੀਆਂ ਕੋਸ਼ਿਸ਼ਾਂ 'ਚ ਸੀਗੇ ਲੋਕ ਹੈ ਨਾ ਹਾਂਜੀ ਅਤੇ ਕਦੇ ਇੱਦਾਂ ਨਹੀਂ ਹੋਇਆ ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਤੁਸੀਂ ਵੀ ਸਲੂਨ ਗਏ ਹੋਵੋ ਆਪਣੇ ਆਪ ਨੂੰ ਮਤਲਬ ਕਿ ਕਰੀਮਾ ਕਰੂਮਾ ਲਾ ਕੇ ਚਮਕਾਉਣ ਦੀ ਕੋਸ਼ਿਸ਼ ਕੀਤੀ ਹੋਵੇ ਮੈਂ ਕਦੇ ਫੇਸ 'ਤੇ ਕੁਛ ਵੀ ਨਹੀਂ ਲਾਇਆ ਅੱਛਾ ਕੁਛ ਵੀ ਲਾਇਆ ਹੁਣ ਵੀ ਸਿੰਪਲ ਹੋ ਇੱਕਦਮ ਨਾ ਤੁਹਾਡੇ ਸਾਹਮਣੇ ਆ ਮੈਂ ਕਦੇ ਵੀ ਕੁਛ ਨਹੀਂ ਲਾਇਆ ਮੈਂ ਸਲੂਨ ਵੀ ਜਾਂਦੀ ਨਾ ਕੋਈ ਮੇਰੇ ਘਰੇ ਫੰਕਸ਼ਨ ਆਉਂਦਾ ਵਾ ਤੇ ਮੈਂ ਤਿਆਰ ਵੀ ਹੋਣ ਜਾਂਦੀ ਨਾ ਮੈਂ ਉੱਥੇ ਇਹ ਕਹਿ ਦਿੰਦੀ ਕੁਛ ਵੀ ਨਾ ਲਾਇਓ ਜੀ ਤੇ ਮਤਲਬ ਮੇਰੇ ਫੇਸ 'ਤੇ ਕੁਛ ਵੀ ਨਾ ਲਾਇਓ ਮਤਲਬ ਮੇਰੇ ਫੇਸ 'ਤੇ ਨਾ ਇਨਫੈਕਸ਼ਨ ਨਾ ਹੋ ਜੇ ਅੱਛਾ ਮੈਂ ਉਹਨਾਂ ਨੂੰ ਐਵੇਂ ਕਹਿੰਦੀ ਹੁੰਦੀ ਸੀ ਉਹ ਕਹਿੰਦੇ ਕੁਛ ਵੀ ਨਹੀਂ ਹੁੰਦਾ ਥੋੜ੍ਹਾ ਜਿਹਾ ਮੇਕਅਪ ਕਰਨਾ ਕੁਛ ਵੀ ਨਹੀਂ ਤੇਰੇ ਹੋਣ ਲੱਗਾ ਤੂੰ ਕਰਾ ਲਾ ਮੇਕਅਪ ਫਿਰ ਵੀ ਮੈਂ ਉਹਨਾਂ ਨੂੰ ਕਹਿੰਦੀ ਸੀ ਲਾਈਟ ਲਾਈਟ ਕਰਿਓ ਜ਼ਿਆਦਾ ਨਹੀਂ ਮੈਨੂੰ ਓਵਰ ਨਹੀਂ ਪਸੰਦ ਕਿ ਹਨਾ ਕੋਈ ਕਹਿ ਦੇਵੇ ਕਿ ਕਾਲੀ ਆ ਦੇ ਕਿੱਡਾ ਮੇਕਅਪ ਕੀਤਾ ਆ ਮੈਨੂੰ ਮਤਲਬ ਕਿਤੇ ਨਾ ਕਿਤੇ ਮਤਲਬ ਲੋਕਾਂ ਦੇ ਤਾਨੇ ਹਰਟ ਕਰਦੇ ਆ ਕਰਦੇ ਜ਼ਰੂਰ ਆ ਕਰਦੇ ਆ ਨਾ ਹਾਂਜੀ ਭਾਵੇਂ ਬੇਸ਼ੱਕ ਬੰਦਾ ਖੁਦ ਨੂੰ ਮਜ਼ਬੂਤ ਦਿਖਾਉਂਦਾ ਕਿ ਹਾਂ ਵੀ ਹਰ ਇੱਕ ਚੀਜ਼ ਮੈਂ ਹੱਸਦੀ ਹਾਂ ਖੇਡਦੀ ਹਾਂ ਪਰ ਉਹ ਗੱਲਾਂ ਕਿਤੇ ਨਾ ਕਿਤੇ ਹਰਟ ਕਰਦੀਆਂ ਹਨਾ ਫਿਰ ਦਾਮਨੀ ਕਿੱਦਾਂ ਖੁਦ ਨੂੰ ਸਮਝਾਉਂਦੀ ਉਸ ਵੇਲੇ ਮੈਂ ਉਸ ਟਾਈਮ ਜਦੋਂ ਮੈਂ ਰੋਣ ਵਾਲੀ ਹੁੰਦੀ ਨਾ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਹੁਣ ਮੇਰੇ ਤੋਂ ਇਹ ਗੱਲਾਂ ਨਹੀਂ ਸੁਣੀਆਂ ਜਾਣੀਆਂ ਮੈਂ ਰੋਣ ਲੱਗ ਜਾਣਾ ਫਿਰ ਮੈਂ ਕਿਸੇ ਨੂੰ ਫੋਨ ਲਾ ਲੈਂਦੀ ਆਪਣੇ ਫਰੈਂਡ ਸਰਕਲ 'ਚ ਉਹ ਵੀ ਮੈਨੂੰ ਕੁਛ ਨਾ ਕੁਛ ਸਿਖਾਉਂਦੇ ਰਹਿੰਦੇ ਮੋਟੀਵੇਟ ਕਰਦੇ ਆ ਕਿ ਨਹੀਂ ਦਮਨੀ ਛੱਡ ਇਹਨਾਂ ਦੀ ਗੱਲਾਂ 'ਚ ਤੂੰ ਖੁਦ ਨੂੰ ਦੇਖ ਬਸ ਦਮਨੀ ਪਤਲੇ ਵੀ ਕਾਫੀ ਹੋ ਨਾ ਤੇ ਲੋਕ ਤੁਹਾਡੇ ਪਤਲੇ ਪਾਉਣ ਨੂੰ ਵੀ ਲੈ ਕੇ ਕਾਫੀ ਗੰਦੇ ਜਿਹੇ ਕਮੈਂਟ ਕਰਦੇ ਆ ਨਾ ਉਹ ਵੀ ਦੇਖੀ ਸੀ ਮੈਂ ਤੁਹਾਡੀ ਵੀਡੀਓ ਹਾਂਜੀ ਉਹ ਕਹਿੰਦੇ ਸੀ ਕਿ ਕੁਛ ਖਾ ਪੀ ਲਿਆ ਕਰ ਕਿੰਨੀ ਪਤਲੀ ਤੇਰੇ ਘਰ ਦੇ ਕੁਛ ਖਾਣ ਮਤਲਬ ਖਵਾਉਂਦੇ ਨਹੀਂ ਤੈਨੂੰ ਤੇ ਖਾਂਦੀ ਮੈਨੂੰ ਲੱਗਦਾ ਨਹੀਂ ਮੈਂ ਬਿਮਾਰ ਵੀ ਵਿੱਚ ਰਹਿਣ ਦੇ ਹੀ ਸੀਗੀ ਤਾਂ ਕਰਕੇ ਮੈਂ ਥੋੜ੍ਹੀ ਜਿਹੀ ਹੋਰ ਪਤਲੀ ਹੋ ਗਈ ਕਈਆਂ ਨੂੰ ਐਵੇਂ ਲੱਗਦਾ ਕਿ ਪਤਾ ਨਹੀਂ ਕੀ ਹੋ ਗਿਆ ਇਹਨੂੰ ਜਿਹੜਾ ਪਤਲੀ ਹੋਈ ਜਾਂਦੀ ਪਈ ਆ ਘਰ ਦੇ ਪ੍ਰੋਪਰ ਮੈਨੂੰ ਖਾਣ ਨੂੰ ਦਿੰਦੇ ਆ ਮੇਰੀ ਮਰਜ਼ੀ ਮੈਂ ਖਾਵਾਂ ਚਾਹੇ ਨਾ ਖਾਵਾਂ ਬਟ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਤੈਨੂੰ ਤੇਰੇ ਘਰ ਦੇ ਕੁਛ ਖਾਣ ਨੂੰ ਨਹੀਂ ਦਿੰਦੇ ਅੱਛਾ ਇਹ ਲੋਕਾਂ ਨੇ ਕਹਿਣਾ ਚਾਹੁੰਦੇ ਕਿ ਮਤਲਬ ਕਿ ਪਤਲਾ ਹੁਣ ਬੰਦਾ ਹੋ ਹੀ ਜਾਂਦਾ ਵਾ ਇਹਦੇ ਵਿੱਚ ਰੋਟੀ ਪਾਣੀ ਦਾ ਨਹੀਂ ਕੁਛ ਹੁੰਦਾ ਹੈਗਾ ਬਿਲਕੁਲ ਇੱਕ ਛੋਟੀ ਜਿਹੀ ਲੜਕੀ ਹੈ ਨਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਪਿੱਛੇ ਸੰਘਰਸ਼ ਭਰੀ ਜ਼ਿੰਦਗੀ ਲੋਕਾਂ ਦੇ ਤਾਨੇ ਮੇਨੇ ਸਭ ਪਿੱਛੇ ਛੱਡ ਕੇ ਅੱਜ ਇਸ ਮੁਕਾਮ 'ਤੇ ਹੋ ਅਤੇ ਖੁਦ 'ਤੇ ਕਿੰਨਾ ਕੁ ਪ੍ਰਾਊਡ ਮਹਿਸੂਸ ਕਰਦੇ ਹੋ ਖੁਦ ਤਾਂ ਨਹੀਂ ਮੈਂ ਆਪਣੇ ਮੰਮੀ ਡੈਡੀ ਤਾਂ ਜ਼ਰੂਰ ਕਰਦੀ ਹਾਂ ਅੱਛਾ ਮੰਮੀ ਡੈਡੀ ਤਾਂ ਕਰਦੇ ਹੋ ਹਾਂਜੀ ਕਿਉਂਕਿ ਉਹਨਾਂ ਨੇ ਮੈਨੂੰ ਜਨਮ ਦਿੱਤਾ ਹੈ ਨਾ ਇੰਨੀ ਵਧੀਆ ਸੋਹਣੀ ਲਾਈਫ ਦਿੱਤੀ ਮੈਨੂੰ ਕੁਛ ਵੀ ਮੰਗਾ ਨਾ ਮੈਂ ਮੰਮਾ ਨੂੰ ਕਹਾਂ ਮੈਂ ਕਿਹਾ ਮੰਮਾ ਅੱਜ ਮੈਂ ਆਹ ਚੀਜ਼ ਲੈਣੀ ਆ ਅੱਜ ਨਹੀਂ ਤਾਂ ਕੱਲ੍ਹ ਮੈਨੂੰ ਮਿਲ ਹੀ ਜਾਣੀ ਆ ਮੰਮੀ ਨੇ ਕਹਿਣਾ ਕਿ ਨਹੀਂ ਮੈਂ ਲੈ ਕੇ ਨਹੀਂ ਦੇਣੀ ਫਿਰ ਵੀ ਉਹਨਾਂ ਨੇ ਮੈਨੂੰ ਲੈ ਕੇ ਜ਼ਰੂਰ ਦੇਣੀ ਆ ਬਿਲਕੁਲ ਮੈਂ ਪਹਿਲੀ ਵਾਰ ਉਧਰ ਹੋਈ ਸੀਗੀ ਮੰਮਾ ਨੂੰ ਮੈਂ ਕਿਹਾ ਸੀ ਮੈਂ ਆਈਫੋਨ ਲੈ ਦਾ ਮੰਮਾ ਕਹਿੰਦੀ ਮੈਂ ਨਹੀਂ ਲੈ ਕੇ ਦੇਣਾ ਤੈਨੂੰ ਹੈ ਨਾ ਡੈਡੀ ਆਪਣੇ ਨੂੰ ਕਹਿੰਦੇ ਡੈਡੀ ਕਹਿੰਦਾ ਸੀ ਕੋਈ ਨਾ ਪੁੱਤ ਲੈ ਦੂੰਗਾ ਤੈਨੂੰ ਸਵੇਰੇ ਜਿੱਦੀ ਸਵੇਰ ਹੋਈ ਤੇ ਮੈਂ ਗਈ ਮੈਂ ਕਿਹਾ ਮੰਮਾ ਲੈ ਕੇ ਦੇਵੋ ਹੁਣ ਹੈ ਨਾ ਮੰਮਾ ਕਹਿੰਦੀ ਮੈਂ ਲੈ ਕੇ ਨਹੀਂ ਦੇਣਾ ਮੈਂ ਕਿਹਾ ਚਲੋ ਡੈਡੀ ਤੋਂ ਤਾਂ ਚਲੋ ਮੇਰੇ ਨਾ ਜੀ ਅਸੀਂ ਦੋਵੇਂ ਗਏ ਮੰਮਾ ਡੈਡੀ ਮੰਮਾ ਤੇ ਮੈਂ ਗਏ ਡੈਡੀ ਕੋ ਤੇ ਮੈਂ ਕਿਹਾ ਚਲੋ ਡੈਡੀ ਪ੍ਰੂਫ ਲਗਾਉਣੇ ਆ ਫੋਨ ਲੈ ਦਿਓ ਮੈਨੂੰ
ਤੇ ਡੈਡੀ ਕਹਿੰਦਾ ਤੂੰ ਕੀ ਕਰਨਾ ਪੁੱਤ ਹੈਗਾ ਤੇ ਆਦਿਤ ਤੋਂ ਫੋਨ ਡੈਡੀ ਨੇ ਉਸ ਟਾਈਮ ਨਾ ਕਰਤੀ ਮੰਮਾ ਕਹਿੰਦੀ ਚੱਲ ਤੂੰ ਲੈ ਲਾ ਫੋਨ ਮਤਲਬ ਉਸ ਟਾਈਮ ਮੈਂ ਨਾ ਰੋਣ ਲੱਗ ਗਈ ਸੀ ਕਿ ਮੈਂ ਕਿਹਾ ਮੰਮਾ ਦੇਖ ਆਪ ਵੀ ਤੁਸੀਂ ਕਹਿੰਦੇ ਸੀ ਮੈਂ ਤੈਨੂੰ ਨਹੀਂ ਲੈ ਕੇ ਦੇਣਾ ਤੇ ਆਪ ਵੀ ਕਹਿੰਦੇ ਸੀ ਕਿ ਹਾਂ ਲੈ ਲਾ ਹੁਣ ਤੂੰ ਫੋਨ ਅੱਛਾ ਮੈਨੂੰ ਬਹੁਤ ਵਧੀਆ ਲੱਗਾ ਸੀ ਉਸ ਟਾਈਮ ਮਤਲਬ ਕਿ ਮੇਰਾ ਰੋਣਾ ਨਿਕਲ ਆਇਆ ਸੀ ਤੇ ਮੈਂ ਕਿਹਾ ਮੰਮਾ ਤੂੰ ਇੰਨੀ ਵੱਡੀ ਕਿਸ਼ਤ ਕਿਵੇਂ ਭਰੂੰਗੀ ਹਨਾ ਤੂੰ ਆਪ ਮੰਮੇ ਕੰਮ ਕਰਦੇ ਕੋਈ ਹਾਂਜੀ ਮੰਮਾ ਘਰ ਦਾ ਕੰਮ ਕਰਦੇ ਲੋਕਾਂ ਦੇ ਅੱਛਾ ਹਾਂਜੀ ਤੇ ਕਈ ਵੇਲੇ ਤੇ ਮੈਂ ਵੀ ਕਰਾਨੀ ਹੁੰਨੀ ਜਾ ਕੇ ਅੱਛਾ ਤੁਸੀਂ ਵੀ ਕਰਦੇ ਹੋ ਹਾਂਜੀ ਠੀਕ ਹੈ ਤੇ ਮੰਮੀ ਨਾਲ ਜਾਂਦੇ ਹੋ ਮਤਲਬ ਘਰ ਘਰ ਚ ਗਰੀਬੀ ਹੈ ਪੂਰੀ ਨਹੀਂ ਨਹੀਂ ਐਦਾਂ ਤਾਂ ਕੋਈ ਗੱਲ ਨਹੀਂ ਮਤਲਬ ਕਿ ਮਿਡਲ ਕਲਾਸ ਦੇ ਆ ਰੋਟੀ ਰੱਬ ਦੇ ਜਾਂਦਾ ਬਸ ਉਹੀ ਬਹੁਤ ਮਤਲਬ ਕਿ ਮੰਮਾ ਕਹਿੰਦੇ ਮੇਰਾ ਘਰੇ ਦਿਲ ਨਹੀਂ ਲੱਗਦਾ ਤੇ ਮੈਂ ਪੂਰੇ ਦਿਲ ਦੀ ਤਾਂ ਕੋਈ ਜੋਬ ਕਰ ਨਹੀਂ ਸਕਦੀ ਹਾਂ ਮੈਂ ਕੰਮ ਕਰਨ ਲੱਗ ਗਈ ਸੀਗੀ ਮੰਮਾ ਦੇ ਨਾਲ ਹਜੇ ਵੀ ਅੱਜ ਵੀ ਹੋ ਕੇ ਆਈ ਸੀ ਮੈਂ ਮੰਮਾ ਨੂੰ ਪਤਾ ਸੀ ਮੈਂ ਠੀਕ ਨਹੀਂ ਹਾਂ ਮੰਮਾ ਕਹਿੰਦੇ ਆ ਜਾ ਠੀਕ ਹੋ ਜਾਏਗੀ ਅੱਛਾ ਮੰਮਾ ਨਾਲ ਮੈਂ ਹਜੇ ਵੀ ਕੰਮ ਕਰਾ ਕੇ ਆਈ ਸੀਗੀ ਅੱਛਾ ਜਦੋਂ ਕਿਸੇ ਦੇ ਘਰ ਜਾਂਦੇ ਹੋ ਨਾ ਮਤਲਬ ਕਿ ਕੰਮ ਕਰਨ ਵਾਸਤੇ ਤਾਂ ਉਹਨਾਂ ਦੇ ਘਰ ਦਾ ਕੰਮ ਕਰਨਾ ਤੇ ਫਿਰ ਉਹ ਲੋਕ ਵੀ ਕਹਿੰਦੇ ਹੋਣੇ ਵੀ ਉੱਦਾਂ ਤਾਂ ਇੰਨੇ ਛਾਏ ਹੋਏ ਸੋਸ਼ਲ ਮੀਡੀਆ ਤੇ ਦੂਜੇ ਪਾਸੇ ਦੇਖੋ ਉਹਨਾਂ ਨੂੰ ਬਹੁਤ ਵਧੀਆ ਫੀਲ ਹੁੰਦਾ ਉਹ ਵੀਡੀਓ ਦੇਖਦੇ ਹੁੰਦੇ ਨਾ ਸਾਡੀਆਂ ਅੱਛਾ ਤੇ ਉਹ ਕਹਿੰਦੇ ਹੁੰਦੇ ਦਾਮਨੀ ਦੀ ਵੀਡੀਓ ਅਸੀਂ ਦੇਖਦੇ ਹੁੰਦੇ ਹਾਂ ਵਧੀਆ ਬਣਾਉਂਦੀ ਵੀਡੀਓ ਪੱਲਵੀ ਦੀ ਵੀ ਬਣਾਉਂਦੇ ਮਤਲਬ ਸਾਰਾ ਮਤਲਬ ਕਿ ਅਸੀਂ ਕੁਛ ਵੀ ਲੁਕੋ ਨਹੀਂ ਰੱਖਿਆ ਸੋਸ਼ਲ ਮੀਡੀਆ 'ਤੇ ਹੈ ਨਾ ਜੋ ਚੀਜ਼ ਆ ਸਾਰੀ ਸ਼ੇਅਰ ਕੀਤੀ ਹੋਈ ਆ ਅਤੇ ਮੇਰੇ ਮੰਮਾ ਦੇ ਕੰਮ ਵਾਲੇ ਵੀ ਦੇਖਦੇ ਹੁੰਦੇ ਵੀਡੀਓ ਅਤੇ ਮਤਲਬ ਅਤੇ ਮੈਮ ਨਹੀਂ ਕਦੇ ਮਤਲਬ ਇੱਦਾਂ ਨਹੀਂ ਮਹਿਸੂਸ ਹੋਇਆ ਯਾਰ ਮੈਂ ਤੇ ਮਤਲਬ ਕਿ ਅੱਜ ਕਮਾਉਣ ਵੀ ਲੱਗ ਪਈ ਸੋਸ਼ਲ ਮੀਡੀਆ ਤੋਂ ਹੈ ਨਾ ਅਤੇ ਮੈਂ ਆਪਣੀ ਲਾਈਫ ਵੀ ਸੈੱਟ ਕਰ ਲਈ 10 ਲੋਕ ਮੈਨੂੰ ਜਾਣਦੇ ਜੇਕਰ ਮੈਂ ਖੜੀ ਹਾਂ ਤਾਂ 10 ਵਿੱਚੋਂ ਤਾਂ ਮੈਨੂੰ 5 ਲੋਕ ਤਾਂ ਬੁਲਾਉਂਦੇ ਹੀ ਬੁਲਾਉਂਦੇ ਆ ਕਿ ਇਹ ਦਾਮਨੀ ਆ ਸੋਸ਼ਲ ਮੀਡੀਆ ਵਾਲੀ ਕੁੜੀ ਆ ਹਾਂਜੀ ਮੈਂ ਉੱਥੇ ਕਲਾਸਾਂ ਲਾਉਣ ਵੀ ਜਾਂਦੀ ਨਾ ਉੱਥੇ ਮੈਨੂੰ ਮੈਮ ਨੇ ਵੀ ਖੁਦ ਕਹਿਤਾ ਸੀਗਾ ਕਹਿੰਦੇ ਸਾਡੀ ਕਲਾਸ ਵੀ ਬਹੁਤ ਵਧੀਆ ਹੋ ਗਈ ਅਤੇ ਮਤਲਬ ਕਿ ਮੈਂ ਇਹ ਸੋਚ ਰਹੀ ਸੀ ਮੈਮ ਨੂੰ ਕਿੱਦਾਂ ਪਤਾ ਮੈਮ ਕਹਿੰਦੀ ਬਟ ਮੈਂ ਇੰਸਟਾਗ੍ਰਾਮ ਇੰਨਾ ਯੂਜ਼ ਨਹੀਂ ਕਰਦੀ ਮੈਂ ਤੈਨੂੰ ਦੇਖਿਆ ਬਟ ਇੰਸਟਾਗ੍ਰਾਮ 'ਤੇ ਅੱਛਾ ਅਤੇ ਫਿਰ ਕਹਿੰਦੇ ਸੀ ਚਲੋ ਇੰਟਰੋਡਕਸ਼ਨ ਦਿਉ ਆਪਣੀ ਹੈ ਨਾ ਅਤੇ ਮੈਂ ਕਿਹਾ ਮੈਡਮ ਜੀ ਮੇਰੇ ਬਾਰੇ ਤਾਂ ਸਾਰੇ ਜਾਣਦੇ ਹੋਣੇ ਮੈਨੂੰ ਦੇਣ ਦੀ ਲੋੜ ਹੀ ਨਹੀਂ ਇੰਟਰੋਡਕਸ਼ਨ ਕਹਿੰਦੇ ਅੱਛਾ ਮੈਡਮ ਵੀ ਹੱਸਣ ਲੱਗ ਗਈ ਸੀ ਮਤਲਬ ਮੈਡਮ ਨਾਲ ਵੀ ਬੋਂਡਿੰਗ ਬਹੁਤ ਵਧੀਆ ਅੱਛਾ ਅਤੇ ਮਤਲਬ ਮੰਮਾ ਦੇ ਨਾਲ ਜਾਂਦੇ ਹੋ ਘਰਾਂ ਦਾ ਕੰਮ ਕਰਨ ਉੱਥੇ ਕੀ ਕੰਮ ਕਰਦੇ ਹੋ ਝਾੜੂ ਪੋਚਾ ਅੱਛਾ ਝਾੜੂ ਪੋਚਾ ਕਰਦੇ ਹੋ ਹੁਣ ਵੀ ਕਰਕੇ ਆਏ ਸੀ ਇੰਟਰਵਿਊ ਤੋਂ ਪਹਿਲਾਂ ਹਾਂਜੀ ਅੱਛਾ ਤੇ ਕਦੇ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਯਾਰ ਮਤਲਬ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕਾਂ 'ਚ ਮਾੜੇ ਫੇਮਸ ਹੋ ਜਾਣ ਤੇ ਕਹਿਣ ਲੱਗ ਪੈਂਦੇ ਅਸੀਂ ਵੀ ਸਾਨੂੰ 6 ਲੋਕ ਜਾਣਦੇ ਆ ਅਸੀਂ ਇਹ ਆ ਅਸੀਂ ਉਹ ਆ ਤੁਹਾਡੇ ਵਿੱਚ ਉਹ ਚੀਜ਼ ਨਹੀਂ ਹੈਗੀ ਅੱਖਾਂ ਕਿਉਂ ਵਰਦੀਆਂ ਮੈਂ ਪਹਿਲਾਂ ਇਹ ਦੱਸਾਂ ਮੇਰਾ ਸੁਪਨਾ ਕਿ ਮੰਮਾ ਹੁਣਾਂ ਨੂੰ ਨਾ ਮੈਂ ਆਪ ਖੁਦ ਘਰ ਲੈ ਕੇ ਦੇਵਾਂ ਅੱਛਾ ਘਰ ਨਹੀਂ ਹੈਗਾ ਤੁਹਾਡਾ ਆਪਣਾ ਹੈ ਆਪਣਾ ਜੁਆਇੰਟ ਫੈਮਿਲੀ ਆ ਅੱਛਾ ਅੱਛਾ ਜੁਆਇੰਟ ਫੈਮਿਲੀ ਆ ਹਾਂਜੀ ਵੈਸੇ ਮੈਨੂੰ ਇਹ ਪਹਿਲਾਂ ਦੱਸੋ ਪਹਿਲਾਂ ਅੱਖਾਂ ਕਿਉਂ ਭਰਦੀਆਂ ਪਈਆਂ ਕੀ ਰੀਜ਼ਨ ਹੈ ਕੀ ਮਤਲਬ ਦਿਲ ਦੇ ਵਿੱਚ ਕੀ ਲੁਕਾਉਂਦੇ ਪਏ ਹੋ ਕੁਛ ਨਹੀਂ ਹੈ ਕਹਿੰਦੇ ਨੇ ਜੇਕਰ ਗੱਲਾਂ ਸ਼ੇਅਰ ਕੀਤੀਆਂ ਜਾਵੇ ਨਾ ਉਹਨਾਂ ਦੇ ਮਸਲਿਆਂ ਦੇ ਹੱਲ ਵੀ ਜਲਦੀ ਨਿਕਲ ਆਉਂਦੇ ਆ ਕਈ ਵਾਰੀ ਇੱਦਾਂ ਹੋਊਗਾ ਕਿ ਜੇ ਤੁਹਾਡੇ ਘਰ ਦੇ ਵਿੱਚ ਜ਼ਿਆਦਾ ਗਰੀਬੀ ਆ ਸਾਡੇ ਬਹੁਤ ਸਾਰੇ ਲੋਕ ਹੋਣਗੇ ਤੁਹਾਡੀ ਹੈਲਪ ਵੀ ਕਰ ਸਕਦੇ ਨਾ ਤੁਹਾਡਾ ਜਿਹੜਾ ਸੁਪਨਾ ਵਾ ਮੰਮੀ ਪਾਪਾ ਨੂੰ ਘਰ ਲੈ ਕੇ ਦੇਣਾ ਹੈ ਨਾ ਅਤੇ ਉਹ ਮਤਲਬ ਪੂਰਾ ਹੋ ਜਾਏਗਾ ਪਹਿਲਾਂ ਰੋਣਾ ਨਹੀਂ ਹੈਗਾ ਠੀਕ ਹੈ ਮਤਲਬ ਕਿਤੇ ਨਾ ਕਿਤੇ ਉਹ ਚੀਜ਼ ਤੁਹਾਨੂੰ ਹਰਟ ਕਰਦੀ ਆ ਨਾ ਮਤਲਬ ਕਿ ਕੋਈ ਫੈਮਿਲੀ ਵੱਲੋਂ ਤਾਂ ਨਹੀਂ ਮਤਲਬ ਮੈਨੂੰ ਖੁਦ ਨੂੰ ਫੀਲ ਹੁੰਦਾ ਕਿ ਮੈਂ ਯਾਰ ਵੱਡੀ ਹੋ ਗਈ ਹੈ ਨਾ ਮੇਰਾ ਭਰਾ ਹਜੇ ਛੋਟਾ ਮੰਮਾ ਹੁਣੇ ਕੰਮ ਕਰਦੇ ਮੰਮਾ ਦਾੜੀ ਦੋਵੇਂ ਕੰਮ ਕਰਦੇ ਕੋਈ ਕੰਮ ਕਰਨ ਵਾਲਾ ਨਹੀਂ ਕਰਦੇ ਪਾਪਾ ਵੀ ਦਿਹਾੜੀ ਕਰਦੇ ਹੈ ਨਾ ਅੱਛਾ ਅਤੇ ਮੰਮਾ ਵੀ ਘਰ ਦਾ ਕੰਮ ਕਰਦੇ ਅਤੇ ਮੇਰਾ ਵੀ ਦਿਲ ਕਰਦਾ ਕਿ ਹਾਏ ਯਾਰ ਦੋਵੇਂ ਜਣੇ ਕੰਮ ਕਰਦੇ ਆ ਹੁਣ ਤਾਂ ਵੱਡੀ ਮੈਂ ਹੀ ਹਾਂ ਮੇਰਾ ਭਰਾ ਛੋਟਾ ਭਰਾ ਨੇ ਥੋੜ੍ਹਾ ਕੰਮ 'ਤੇ ਜਾਣਾ ਅਤੇ ਮੇਰਾ ਦਿਲ ਕਰਦਾ ਕਿ ਮੈਂ ਖੁਦ ਕੰਮ ਕਰਾਂ ਉਹਨਾਂ ਨੂੰ ਵਧੀਆ ਲਾਈਫ ਦੇਵਾਂ ਅੱਛਾ ਉਹਨਾਂ ਨੂੰ ਵਧੀਆ ਲਾਈਫ ਦੇਣ ਨੂੰ ਸੋਚ ਰਹੀ ਹਾਂ ਕਿ ਮੈਂ ਉਹਨਾਂ ਨੂੰ ਵਧੀਆ ਲਾਈਫ ਦੇਵਾਂ ਉਹਨਾਂ ਦਾ ਘਰ ਬਾਰ ਆਪਣਾ ਹੋਵੇ ਹੈ ਨਾ ਉੱਦਾਂ ਵੀ ਆਪਣਾ ਬਟ ਸੈਪਰੇਟ ਜਿਹੜਾ ਹੁੰਦਾ ਨਾ ਚਾਚੀ ਤਾਇਆ ਤਾਂ ਅਲੱਗ ਉਹ ਲੜਾਈ ਹੁੰਦੀ ਘਰ 'ਚ ਜੁਆਇੰਟ ਫੈਮਿਲੀ ਵਾਧੂ ਹੁੰਦੀ ਆ ਵਾਧੂ ਹੁੰਦੀ ਆ ਹਾਂਜੀ ਅਤੇ ਮਤਲਬ ਮਨ 'ਤੇ ਕੀ ਬੀਤਦਾ ਇੱਕ ਤਾਂ ਮੰਮਾ ਪਾਪਾ ਮਤਲਬ ਕਿ ਮਿਹਨਤ ਮਜ਼ਦੂਰੀ ਕਰਦੇ ਆ ਨਾ ਮੰਮਾ ਘਰਾਂ ਦਾ ਕੰਮ ਕਰਦੇ ਆ ਪਾਪੇ ਪਾਪਾ ਜੀ ਤੁਹਾਡੇ ਦਿਹਾੜੀਆਂ ਲਾਉਂਦੇ ਆ ਨਾ ਘਰ ਦੇ ਵਿੱਚ ਵੀ ਕਲੇਸ਼ ਰਹਿੰਦੀ ਆ ਫਿਰ ਉਸ ਟਾਈਮ 'ਤੇ ਬੱਚਿਆਂ 'ਤੇ ਸਭ ਤੋਂ ਮਾੜਾ ਪ੍ਰਭਾਵ ਪੈਂਦਾ ਹੈ ਨਾ ਤੁਸੀਂ ਪੜ੍ਹਦੇ ਵੀ ਹੋ ਆਪਣਾ ਕੈਰੀਅਰ ਵੀ ਦੇਖਣਾ ਵਾ ਨਾ
ਉਸ ਟਾਈਮ ਤੇ ਫਿਰ ਕਿਵੇਂ ਮੈਨੇਜ ਕਰਦੇ ਪੂਰੀ ਫੈਮਿਲੀ ਦਾ ਮਤਲਬ ਮੈਂ ਤਾਂ ਉੱਥੇ ਵੀ ਰੋਣ ਲੱਗ ਜਾਂਦੀ ਹੁੰਦੀ ਮੈਂ ਕਹਿੰਦੀ ਹੁੰਦੀ ਮੰਮਾ ਤੁਸੀਂ ਨਹੀਂ ਕੁਛ ਬੋਲਣਾ ਮੰਮਾ ਤਾਂ ਵੈਸੇ ਵੀ ਨਹੀਂ ਮੈਨੂੰ ਬੋਲਣ ਦਿੰਦੇ ਮਤਲਬ ਜੋ ਲੜਾਈ ਹੁੰਦੀ ਨੇ ਮੈਨੂੰ ਤਾਂ ਵੈਸੇ ਵੀ ਕਮਰੇ 'ਚ ਬੰਦ ਕੀਤਾ ਜਾਂਦਾ ਵਾ ਕਿ ਤੂੰ ਚੁੱਪ ਕਰਕੇ ਬਹਿ ਜਾ ਕਿਉਂਕਿ ਮੈਂ ਨਾ ਜਾਂ ਤਾਂ ਮੈਂ ਬੋਲਦੀ ਰਹਿੰਦੀ ਹਾਂ ਜਾਂ ਤਾਂ ਮੈਂ ਰੋਣ ਲੱਗ ਜਾਂਦੀ ਹਾਂ ਐਵੇਂ ਜੇ ਸੀਨ ਹੁੰਦਾ ਨਾ ਮੈਨੂੰ ਤਾਂ ਕਰਕੇ ਮੰਮੀ ਮੈਨੂੰ ਬੋਲਣ ਹੀ ਨਹੀਂ ਦਿੰਦੀ ਜਦ ਮੈਂ ਅੱਛਾ ਜੀ ਮੈਨੂੰ ਇਹ ਗੱਲ ਦੱਸੋ ਜਦੋਂ ਤੁਸੀਂ ਜਾਂਦੇ ਹੋ ਨਾ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਸਫਾਈ ਕਰਦੇ ਹੋ ਜੋ ਵਾਜੇ ਟਾਈਮ ਤੁਸੀਂ ਮਤਲਬ ਬਾਹਰ ਕਿਤੇ ਸਾਫ਼ ਸਫਾਈ ਕਰਦੇ ਹੋ ਨਾ ਉਹਨਾਂ ਦੇ ਘਰ ਦੇ ਬਾਹਰ ਤੁਹਾਨੂੰ ਕੋਈ ਦੇਖ ਲਵੇ ਦੇਖਿਆ ਤਾਂ ਕਿਸੇ ਨੇ ਹਾਂ ਮੰਮਾ ਨੂੰ ਕਹਿੰਦੀ ਨਹੀਂ ਮੈਂ ਕਿ ਮੰਮਾ ਦੇਖੋ ਮੈਂ ਅੰਦਰੋਂ ਅੰਦਰ ਸਾਰੀ ਸਫਾਈ ਕਰੂੰਗੀ ਬਾਹਰੋਂ ਦੀ ਨਹੀਂ ਕਰੂੰਗੀ ਨਹੀਂ ਆ ਸੱਚੀ ਵਿੱਚ ਇੱਦਾਂ ਹੁੰਦਾ ਮੈਂ ਕਹਿੰਦੀ ਨਹੀਂ ਮੰਮਾ ਨੂੰ ਮੰਮਾ ਮੈਂ ਅੰਦਰੋਂ ਦੀ ਕਰਦੀ ਨਹੀਂ ਬਾਹਰੋਂ ਤੁਸੀਂ ਕਰਿਓ ਅੱਛਾ ਮਤਲਬ ਹੁੰਦਾ ਕਿਤੇ ਨਾ ਕਿਤੇ ਕਿ ਲੋਕਾਂ ਨੇ ਕਿ ਉਹ ਦੇਖੋ ਹੈ ਨਾ ਕੁੜੀ ਉਹੀ ਜਿਹੜੀਆਂ ਰੀਲਾਂ ਬਣਾਉਂਦੀ ਆ ਹਾਂਜੀ ਮੰਮਾ ਦੇ ਨਾ ਕੰਮ ਵਾਲਿਆਂ ਦੇ ਵੀ ਬਰਥਡੇ ਸੀ ਕਾਕੇ ਦਾ ਅਤੇ ਮੰਮਾ ਅਤੇ ਘਰੇ ਨਾ ਮੰਮਾ ਕਹਿੰਦੇ ਤੂੰ ਆ ਜਾ ਹੈ ਨਾ ਮੈਂ ਕਿਹਾ ਮੰਮੀ ਯਾਰ ਚੰਗਾ ਨਹੀਂ ਲੱਗਦਾ ਹੈ ਨਾ ਅਸੀਂ ਜਾਵਾਂਗੇ ਮੰਮੀ ਕਹਿੰਦੇ ਨਹੀਂ ਯਾਰ ਆਂਟੀ ਨੇ ਕਿੰਨੀ ਵਾਰੀ ਫੋਨ ਕਰਕੇ ਕਿਹਾ ਵਾ ਕਿ ਹੈ ਨਾ ਆਪਣੇ ਨਿਆਣਿਆਂ ਨੂੰ ਸੱਦ ਲਾ ਅਤੇ ਪੱਲਵੀ ਹੁਣਾਂ ਨੇ ਨਹੀਂ ਆਉਣਾ ਕਾਕਾ ਨਹੀਂ ਠੀਕ ਤੂੰ ਚੱਲ ਆ ਜਾ ਹੈ ਨਾ ਮੈਂ ਕਿਹਾ ਮੰਮੀ ਆ ਚੱਲ ਠੀਕ ਆ ਮੈਂ ਆਉਂਦੀ ਹਾਂ ਰਾਤ ਹੋਈ ਮੈਂ ਗਈ ਨਹੀਂ 8 ਵੱਜ ਗਏ ਮੰਮੀ ਕਹਿੰਦੀ ਆਉਣਾ ਕਿ ਨਹੀਂ ਆਉਣਾ ਮੈਂ ਕਿਹਾ ਮੈਂ ਅੱਛਾ ਆਉਂਦੀ ਹਾਂ ਅਤੇ ਮੈਂ ਆਪਣੇ ਭਰਾ ਨੂੰ ਕਿਹਾ ਮੈਂ ਕਿਹਾ ਕ੍ਰਿਸ਼ ਯਾਰ ਤਿਆਰ ਹੋ ਕੇ ਜਾਵਾਂ ਚਾਹੇ ਇੱਦੀ ਜਾਵਾਂ ਕਹਿੰਦਾ ਤੈਨੂੰ ਕਿਹੜਾ ਕਿਸੇ ਨੇ ਜਾਣਨਾ ਉੱਥੇ ਇੱਦੀ ਚੱਲ ਪਿਆ ਮੈਂ ਕਿਹਾ ਚੱਲ ਠੀਕ ਆ ਮੈਂ ਵੀ ਇੱਧਰੋਂ ਤਿਆਰ ਤਿਆਰ ਹੋ ਕੇ ਗਈ ਉੱਥੇ ਨਾ ਮੈਨੂੰ ਫੋਟੋਆਂ ਖਿਚਾਉਣ ਲੱਗ ਗਈ ਅੱਛਾ ਅਤੇ ਮੈਂ ਕਿਹਾ ਹੁਣ ਬੋਲ ਕ੍ਰਿਸ਼ ਅਤੇ ਮੰਮਾ ਕਹਿੰਦੇ ਕਿ ਨਾ ਉੱਥੇ ਨਾ ਕੋਈ ਸਿੰਗਰ ਆਇਆ ਸੀਗਾ ਕੋਈ ਛੋਟਾ ਬੱਚਾ ਸੀਗਾ ਮੰਮਾ ਕਹਿੰਦੀ ਫੋਟੋ ਖਿਚਾ ਲਾ ਅਤੇ ਮੇਰੀ ਨਾਲ ਦੀਆਂ ਸਹੇਲੀਆਂ ਕਹਿੰਦੀਆਂ ਕਹਿੰਦੇ ਉਹ ਤਾਂ ਮੰਮਾ ਆਪ ਸਟਾਰ ਉਹਨੇ ਕਿੰਨੇ ਉਹਨੇ ਕਿੱਥੇ ਫੋਟੋ ਖਿਚਾਉਣੀ ਉਹਨਾਂ ਮੈਂ ਕਿਹਾ ਨਹੀਂ ਮੰਮਾ ਸਾਰਿਆਂ ਨਾਲ ਖਿਚਾਵਾਂਗੇ ਸਾਰੇ ਇੱਕੋ ਜਿਹੇ ਆ ਮੇਰੀ ਇੱਦਾਂ ਹੀ ਸੋਚਣੀ ਕਿ ਮੈਂ ਉਹ ਅਗਲਾ ਸਟਾਰ ਆ ਅਤੇ ਮੈਂ ਵੀ ਸਟਾਰ ਅਤੇ ਮੈਂ ਉਹਨਾਂ ਫੋਟੋ ਨਾ ਖਿਚਾਵਾਂ ਅੱਛਾ ਉਸ ਫੰਕਸ਼ਨ ਦੇ ਵਿੱਚ ਗਏ ਤਾਂ ਫਿਰ ਮਤਲਬ ਕਿ ਲੋਕ ਤੁਹਾਨੂੰ ਜਾਣਦੇ ਵੀ ਸੀ ਫੋਟੋਆਂ ਵੀ ਕਰਾਉਂਦੇ ਸੀ ਹਾਂਜੀ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਸਾਡੇ ਘਰ 'ਚ ਕੰਮ ਕਰਦੇ ਆ ਅਤੇ ਉਹਨਾਂ ਦੀ ਬੇਟੀ ਹੈ ਨਹੀਂ ਮਤਲਬ ਕਿ ਜਦੋਂ ਫੋਟੋ ਖਿਚਾਉਂਦੇ ਸੀ ਨਾ ਮੇਰੇ ਨਾਲ ਅਤੇ ਮੰਮਾ ਮੇਰੇ ਨਾਲ ਹੀ ਸੀ ਮੰਮਾ ਕਹਿੰਦੇ ਅੱਜ ਆਪਣੀ ਰੋਟੀ ਪਾ ਕੇ ਦੇ ਦਿੰਦੀ ਤੂੰ ਖਾ ਲਾ ਅਤੇ ਮੈਂ ਖੜੀ ਪਈ ਸੀਗੀ ਅਤੇ ਉਹਨਾਂ ਨੇ ਮੇਰੇ ਨਾਲ ਫੋਟੋ ਖਿਚਾਈ ਅਤੇ ਮੰਮੀ ਮੇਰੇ ਨਾਲ ਖੜ ਗਈ ਅਤੇ ਉਹ ਕਹਿੰਦੇ ਸੋਹਣੀ ਤੇ ਤੁਸੀਂ ਇੱਥੇ ਕੀ ਕਰਦੇ ਅਤੇ ਮੰਮੀ ਕਹਿੰਦੀ ਮੇਰੀ ਕੁੜੀ ਆ ਉਹ ਅੱਛਾ ਅਤੇ ਕਹਿੰਦੀ ਅੱਛਾ ਤੁਹਾਡੀ ਬੇਟੀ ਆ ਹਾਂ ਕਹਿੰਦੇ ਮੈਨੂੰ ਅੱਜ ਪਤਾ ਲੱਗਾ ਅਤੇ ਫਿਰ ਮਤਲਬ ਉਹਨੂੰ ਉਸ ਉਦੋਂ ਨੂੰ ਮੰਮਾ ਨੂੰ ਵੀ ਬਹੁਤ ਫੀਲ ਹੋਇਆ ਕਿ ਹਾਂ ਯਾਰ ਮੇਰੀ ਕੁੜੀ ਸੱਚੀ ਵਿੱਚ ਕੁਛ ਹੈ ਮੈਂ ਉਹਨਾਂ ਮੰਮਾ ਨੂੰ ਕਿਹਾ ਹੋਇਆ ਕਿ ਮੈਂ ਕਿਹਾ ਮੰਮਾ ਤੈਨੂੰ ਮੈਂ ਲੈ ਕੇ ਜਾਊਂਗੀ ਨਕੋਦਰ ਇੱਕ ਵਾਰੀ ਉੱਥੇ ਵੇਖੀ ਕਿ ਕਿੱਦਾਂ ਲੋਕ ਜਾਣਦੇ ਆ ਤੈਨੂੰ ਵੀ ਬੁਲਾਉਣਗੇ ਜਿਵੇਂ ਮੈਨੂੰ ਬੁਲਾਉਂਦੇ ਨਾ ਤੈਨੂੰ ਵੀ ਬਹੁਤ ਜਣੇ ਜਾਣਦੇ ਆ ਅੱਛਾ ਅੱਛਾ ਜ਼ਿੰਦਗੀ ਦੇ ਵਿੱਚ ਇੰਨਾ ਕੁਛ ਦੇਖ ਲਿਆ ਇੰਨੀਆਂ ਕੁਛ ਚੀਜ਼ਾਂ ਹੰਢਾਲੀਆਂ ਹੈ ਨਾ ਛੋਟੀ ਜਿਹੀ ਉਮਰ ਦੇ ਵਿੱਚ ਜ਼ਿੰਮੇਵਾਰੀਆਂ ਸਮਝੀਆਂ ਨਾਮ ਵੀ ਆਪਣਾ ਮਤਲਬ ਚਮਕਾ ਲਿਆ ਹੈ ਨਾ ਲੋਕ ਵੀ ਜਾਣਦੇ ਨੇ ਘਰ ਲੋਕਾਂ ਦੇ ਘਰਾਂ 'ਚ ਵੀ ਕੰਮ ਕਰਦੇ ਹੋ ਨਾ ਅਤੇ ਇੱਕ ਮਤਲਬ ਕਿ ਪੂਰੀ ਹੈ ਨਾ ਸੰਘਰਸ਼ ਭਰੀ ਕਹਾਣੀ ਆ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਨੇ ਉਹਨਾਂ ਦੇ ਲਈ ਕੀ ਮੈਸੇਜ ਤੋਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਜੋ ਤੁਹਾਡਾ ਸੁਪਨਾ ਉਹ ਤੁਸੀਂ ਪੂਰਾ ਕਰੋ ਅੱਜ ਨਹੀਂ ਤਾਂ ਕੱਲ੍ਹ ਹੋ ਹੀ ਜਾਣਾ ਵਾ ਪਰ ਹਿੰਮਤ ਨਾ ਕਦੇ ਹਾਰਿਓ ਬਿਲਕੁਲ ਅਤੇ ਮੈਂ ਵੀ ਹਿੰਮਤ ਆਪਣੀ ਪੂਰੀ ਕਰਦੀ ਕਿ ਹਾਂ ਮੈਂ ਉਹਨਾਂ ਨੂੰ ਜਿਹੜਾ ਮੈਂ ਸੁਪਨਾ ਸੋਚਿਆ ਨਾ ਉਹ ਮੈਂ ਜ਼ਰੂਰ ਪੂਰਾ ਕਰੂੰਗੀ ਅੱਜ ਨਹੀਂ ਤਾਂ ਕੱਲ੍ਹ ਜੀ ਸੋ ਬਹੁਤ ਬਹੁਤ ਧੰਨਵਾਦ ਆਮਨੀ ਥੈਂਕ ਯੂ ਸੋ ਪਿਆਰੀ ਜੀ ਲੜਕੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਸੰਘਰਸ਼ ਭਰੀ ਜ਼ਿੰਦਗੀ ਇਸ ਲੜਕੀ ਦੀ ਦਰਸ਼ਕਾਂ ਦੇ ਰੂਬਰੂ ਕੀਤੀ ਗਈ ਸੋ ਅਸੀਂ ਵੀ ਇਸ ਬੱਚੇ ਨੂੰ ਇਸ ਦੀ ਲਾਈਫ ਦੇ ਲਈ ਜੋ ਕਿ ਬੈਸਟ ਵਿਸ਼ਿਸ ਦਿੰਦੇ ਹਾਂ ਕਿ ਇਹਦੇ ਜੋ ਸੁਪਨੇ ਨੇ ਜੋ ਇਹ ਚਾਹੁੰਦਾ ਹੈ ਉਹ ਸਾਰੇ ਸੁਪਨੇ ਪੂਰੇ ਹੋਣ ਸੋ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰਿਓ ਧੰਨਵਾਦ